ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸ਼ੋਕਮੀ ਸਮਾਗਮ ਸਾਡੇ ਮਾਮੀ ਜੀ ਸੁਖਵਿੰਦਰ ਕੌਰ, ਅੱਜ ਤੋਂ 10 ਦਿਨ ਪਹਿਲਾਂ ਉਹ ਗੁਰੂ ਚਰਨਾਂ ਵਿੱਚ ਜਾ ਬਰਾਜੇ ਹਨ, ਔਰ ਅੱਜ ਤੋਂ 1.5 ਸਾਲ ਪਹਿਲਾਂ ਸਾਡੇ ਮਾਮਾ ਜੀ ਵੀ ਹਰਚਰਨ ਸਿੰਘ ਪੱਤੂ ਸਾਹਿਬ ਇਸ ਦੁਨੀਆ 'ਚੋਂ ਚੱਲ ਬੱਚੇ ਸਨ। ਇਸ ਪਰਿਵਾਰ ਬਾਰੇ ਚਾਨਣਾ ਪਾਈਏ ਤਾਂ ਬਹੁਤ ਗੁਰੂ ਸਾਹਿਬ ਦੀ ਕਿਰਪਾ ਜੀ ਵੱਲੋਂ ਸਾਡੇ ਮਾਮਾ ਜੀ ਜਿਹੜੇ ਸਨ ਬਹੁਤ ਹੀ ਪੰਥਕ ਆਗੂ ਸਨ, ਰਾਜਨੀਤਿਕ ਵੀ ਧਨਾਰ ਟਕਸਾਲੀ ਆਗੂ ਸਨ, ਔਰ ਕਿਸਾਨ ਯੂਨੀਅਨ ਦੇ ਵੀ ਆਗੂ ਸਨ। ਸਾਡੇ ਇਲਾਕੇ 'ਚ ਜਿੰਨੀਆਂ ਵੀ ਕੋਈ ਕਿਸੇ ਦੀ ਮੁਸ਼ਕਲ ਬਣਦੀ ਕਿਸਾਨਾਂ ਬਾਰੇ, ਧਾਰਮਿਕ ਮਸਲੇ ਬਾਰੇ, ਔਰ ਹੋਰ ਵੀ ਕਿਸੇ ਤਰ੍ਹਾਂ ਦੀ ਰਾਜਨੀਤਿਕ ਗਤੀਵਿਧੀ ਹੁੰਦੀ ਤਾਂ ਸਾਡੇ ਮਾਮਾ ਜੀ ਹਰਚਰਨ ਸਿੰਘ ਪੱਤੂ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋਏ ਯੋਗਦਾਨ ਪਾਉਂਦੇ ਸੀ। ਇਹ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਪੰਥਕ ਪਰਿਵਾਰ ਹੈ, ਔਰ ਸਾਡੇ ਮਾਮਾ ਜੀ ਦੇ 4 ਬੇਟੇ ਹਨ, ਸਰਦਾਰ ਗੁਰਪ੍ਰੀਤ ਸਿੰਘ ਪੱਤੂ, ਸਰਦਾਰ ਸੁਰਿੰਦਰ ਸਿੰਘ, ਸਰਦਾਰ ਗੁਰਵਿੰਦਰ ਸਿੰਘ ਸਰਪੰਚ ਸਾਹਿਬ ਜੋ ਮੀਆਂ ਵਾਲੇ ਦੇ ਸਰਪੰਚ ਸਾਹਿਬ ਨੇ, ਔਰ ਸਭ ਤੋਂ ਛੋਟੇ ਸਾਡੇ ਸ਼ਮਸ਼ੇਰ ਸਿੰਘ ਪੱਤੂ ਜੋ ਆਸਟ੍ਰੇਲੀਆ ਰਹਿੰਦੇ ਆ। ਬਹੁਤ ਵਧੀਆ ਪਰਿਵਾਰ ਹੈ ਜੀ, ਨੇਕ ਕਮਾਈ ਕਰਨ ਵਾਲਾ ਪਰਿਵਾਰ ਹੈ ਜੀ, ਬਹੁਤ ਹੀ ਇਮਾਨਦਾਰ ਪਰਿਵਾਰ ਹੈ ਜੀ, ਔਰ ਸਾਡੇ ਇਸ ਸਮਾਗਮ ਦੇ ਵਿੱਚ ਅੱਜ ਜਿੰਨੇ ਵੀ ਇੱਥੇ ਹਾਜ਼ਰ ਹੋਏ ਨੇ, ਬਹੁਤ ਸਾਰੇ ਇਲਾਕੇ ਦੇ ਪੰਚ, ਸਰਪੰਚ, ਚੇਅਰਮੈਨ ਸਾਹਿਬਾਨ, ਕਿਉਂਕਿ ਜੇ ਮੈਂ ਨਾਂ ਲਵਾਂ ਤਾਂ ਇਹਨਾਂ ਦੇ ਨਾਂ ਨਹੀਂ ਲੈ ਸਕਦਾ, ਪਰ ਮੇਨ ਸਾਡੇ ਭਾਈ ਸਾਹਿਬ ਭਾਈ ਮਨਜੀਤ ਸਿੰਘ SGPP ਮੈਂਬਰ, ਔਰ ਸਰਦਾਰ ਅਮਰੀਕ ਸਿੰਘ ਵਾੜਾ ਅਤੇ ਦੀਆਂ ਸਰਪੰਚ ਸਾਹਿਬ ਵੀ ਨੇ ਸਾਡੇ, ਔਰ ਅਕਾਲੀ ਮੋਢੀ ਵੀ ਟਕਸਾਲੀ ਆਗੂ ਨੇ ਜੀ, ਔਰ ਬਾਬਾ ਅਵਤਾਰ ਸਿੰਘ ਜੀ, ਹੋਰ ਵੀ ਸਾਡੇ ਚੇਅਰਮੈਨ ਸਾਹਿਬਾਨ, ਸਰਪੰਚ ਸਾਹਿਬਾਨ, ਇਲਾਕੇ ਦੀਆਂ ਮਹਾਨ ਸ਼ਖਸੀਅਤਾਂ ਪਹੁੰਚੀਆਂ ਨੇ ਜੀ, ਔਰ ਸਾਡੇ ਮਾਣਯੋਗ ਸਾਬਕਾ ਹਲਕਾ ਵਿਧਾਇਕ, ਸਾਡੇ ਜ਼ਿਲ੍ਹੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਵਿਰਸਾ ਸਿੰਘ ਬਲਟੋਹਾ ਸਾਹਿਬ ਵੀ ਪਹੁੰਚੇ ਨੇ ਜੀ। ਅਸੀਂ ਸਾਰੇ ਆਏ ਹੋਏ ਪਤਵੰਤਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ, ਔਰ ਸਾਡੇ ਸ਼ੋਕਮਈ ਸਮਾਗਮ ਦੇ ਵਿੱਚ ਉਹ ਸ਼ਰੀਕ ਹੋਏ ਨੇ, ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ, ਮੈਂ ਗੁਰਪ੍ਰੀਤ ਸਿੰਘ ਪੱਤੂ, ਸਰਦਾਰ ਸੁਰਿੰਦਰ ਸਿੰਘ ਜੀ, ਸਰਦਾਰ ਗੁਰਵਿੰਦਰ ਸਿੰਘ ਜੀ, ਸਰਦਾਰ ਸ਼ਮਸ਼ੇਰ ਸਿੰਘ ਜੀ, ਅਸੀਂ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੱਜਣ ਮਿੱਤਰ, ਯਾਰ ਦੋਸਤ, ਰਾਜਨੀਤਿਕ ਗੈਰ ਰਾਜਨੀਤਿਕ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਤਲਬ ਬਹੁਤ ਸਤਿਕਾਰਯੋਗ ਮਹਾਨ ਸ਼ਖਸੀਅਤਾਂ ਪਹੁੰਚੀਆਂ ਨੇ, ਅਸੀਂ ਧੰਨਵਾਦ ਕਰਦੇ ਸਾਰੇ ਪਰਿਵਾਰ ਵੱਲੋਂ, ਪੱਤੂ ਪਰਿਵਾਰ ਵੱਲੋਂ, ਕਲਸ ਪਰਿਵਾਰ ਵੱਲੋਂ ਆਇਆ ਹਾਂ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਜੀ ਆਖਦੇ ਹਾਂ ਸਾਡੀ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਸੁਖਵਿੰਦਰ ਕੌਰ ਜੀ, ਜੋ ਅੱਜ ਤੋਂ ਕੁਝ ਦਿਨ ਪਹਿਲਾਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਸੰਸਾਰ ਤੋਂ ਚਲੇ ਗਏ ਸਨ, ਅੱਜ ਉਹਨਾਂ ਦੇ ਨਿਮਿੱਤ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਰਬੱਤ ਹੀ ਸੰਗਤਾਂ ਹਾਜ਼ਰ ਹੋਈਆਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ। ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਦੇ ਜਾਣ ਨਾਲ ਬੜਾ ਵੱਡਾ ਘਾਟਾ ਪਿਆ ਹੈ, ਜੋ ਕਿ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸੋ ਅੱਜ ਉਹਨਾਂ ਦੇ ਸਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਜੀ,
ਸਰਦਾਰ ਗੁਰਵਿੰਦਰ ਸਿੰਘ ਜੀ ਸਰਪੰਚ ਮੀਆਂਵਾਲਾ, ਸਰਦਾਰ ਸੁਰਿੰਦਰ ਸਿੰਘ ਜੀ ਆੜ੍ਹਤੀਏ, ਸਰਦਾਰ ਸ਼ਮਸ਼ੇਰ ਸਿੰਘ ਜੀ ਆਸਟ੍ਰੇਲੀਆ, ਜੋ ਕਿ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਸਪੁੱਤਰ ਰਹਿੰਦੇ ਨੇ। ਇਸ ਪ੍ਰੋਗਰਾਮ ਨੂੰ ਮੈਂ ਸਮਝਦਾ ਕਿ ਬਹੁਤ ਵੱਡਾ ਘਾਟਾ ਪਿਆ ਹੈ, ਕਿਉਂ ਇਹ ਇਲਾਕੇ ਦੇ ਵਿੱਚ ਇੱਕ ਸਿਰਕੱਢ ਪਰਿਵਾਰ ਹੈ, ਸ਼੍ਰੋਮਣੀ ਅਕਾਲੀ ਦਲ ਦੇ ਮੋਢੇ ਨਾਲ ਮੋਢਾ ਢਾਹ ਕੇ ਪਰਿਵਾਰ ਚੱਲਦਾ ਰਿਹਾ, ਅੱਜ ਵੀ ਉਸੇ ਤਰ੍ਹਾਂ ਹੀ ਚੱਲ ਰਹੇ ਨੇ। ਸੋ ਮੈਂ ਉਹਨਾਂ ਨੂੰ ਆਪਣੇ ਵੱਲੋਂ ਸਤਿਕਾਰਯੋਗ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦਾ ਇਹ ਸ਼ੋਕਮੀ ਸਮਾਗਮ ਸਾਡੇ ਮਾਮੀ ਜੀ ਸੁਖਵਿੰਦਰ ਕੌਰ, ਅੱਜ ਤੋਂ 10 ਦਿਨ ਪਹਿਲਾਂ ਉਹ ਗੁਰੂ ਚਰਨਾਂ ਵਿੱਚ ਜਾ ਬਰਾਜੇ ਹਨ, ਔਰ ਅੱਜ ਤੋਂ 1.5 ਸਾਲ ਪਹਿਲਾਂ ਸਾਡੇ ਮਾਮਾ ਜੀ ਵੀ ਹਰਚਰਨ ਸਿੰਘ ਪੱਤੂ ਸਾਹਿਬ ਇਸ ਦੁਨੀਆ 'ਚੋਂ ਚੱਲ ਬੱਚੇ ਸਨ। ਇਸ ਪਰਿਵਾਰ ਬਾਰੇ ਚਾਨਣਾ ਪਾਈਏ ਤਾਂ ਬਹੁਤ ਗੁਰੂ ਸਾਹਿਬ ਦੀ ਕਿਰਪਾ ਜੀ ਵੱਲੋਂ ਸਾਡੇ ਮਾਮਾ ਜੀ ਜਿਹੜੇ ਸਨ ਬਹੁਤ ਹੀ ਪੰਥਕ ਆਗੂ ਸਨ, ਰਾਜਨੀਤਿਕ ਵੀ ਧਨਾੜ ਟਕਸਾਲੀ ਆਗੂ ਸਨ, ਔਰ ਕਿਸਾਨ ਯੂਨੀਅਨ ਦੇ ਵੀ ਆਗੂ ਸਨ। ਸਾਡੇ ਇਲਾਕੇ 'ਚ ਜਿੰਨੀਆਂ ਵੀ ਕੋਈ ਕਿਸੇ ਦੀ ਮੁਸ਼ਕਲ ਬਣਦੀ ਕਿਸਾਨਾਂ ਬਾਰੇ, ਧਾਰਮਿਕ ਮਸਲੇ ਬਾਰੇ, ਔਰ ਹੋਰ ਵੀ ਕਿਸੇ ਤਰ੍ਹਾਂ ਦੀ ਰਾਜਨੀਤਿਕ ਗਤੀਵਿਧੀ ਹੁੰਦੀ ਤਾਂ ਸਾਡੇ ਮਾਮਾ ਜੀ ਹਰਚਰਨ ਸਿੰਘ ਪੱਤੂ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋਏ ਯੋਗਦਾਨ ਪਾਉਂਦੇ ਸਨ। ਇਹ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਪੰਥਕ ਪਰਿਵਾਰ ਹੈ, ਔਰ ਸਾਡੇ ਮਾਮਾ ਜੀ ਦੇ 4 ਬੇਟੇ ਹਨ, ਸਰਦਾਰ ਗੁਰਪ੍ਰੀਤ ਸਿੰਘ ਪੱਤੂ, ਸਰਦਾਰ ਸੁਰਿੰਦਰ ਸਿੰਘ, ਸਰਦਾਰ ਗੁਰਵਿੰਦਰ ਸਿੰਘ ਸਰਪੰਚ ਸਾਹਿਬ ਜੋ ਮੀਆਂ ਵਾਲੇ ਦੇ ਸਰਪੰਚ ਸਾਹਿਬ ਨੇ, ਔਰ ਸਭ ਤੋਂ ਛੋਟੇ ਸਾਡੇ ਸ਼ਮਸ਼ੇਰ ਸਿੰਘ ਪੱਤੂ ਜੋ ਆਸਟ੍ਰੇਲੀਆ ਰਹਿੰਦੇ ਹਨ। ਬਹੁਤ ਵਧੀਆ ਪਰਿਵਾਰ ਹੈ ਜੀ, ਨੇਕ ਕਮਾਈ ਕਰਨ ਵਾਲਾ ਪਰਿਵਾਰ ਹੈ ਜੀ, ਬਹੁਤ ਹੀ ਇਮਾਨਦਾਰ ਪਰਿਵਾਰ ਹੈ ਜੀ। ਔਰ ਸਾਡੇ ਇਸ ਸਮਾਗਮ ਦੇ ਵਿੱਚ ਅੱਜ ਜਿੰਨੇ ਵੀ ਇੱਥੇ ਹਾਜ਼ਰ ਹੋਏ ਨੇ, ਬਹੁਤ ਸਾਰੇ ਇਲਾਕੇ ਦੇ ਪੰਚ, ਸਰਪੰਚ, ਚੇਅਰਮੈਨ ਸਾਹਿਬਾਨ, ਕਿਉਂਕਿ ਜੇ ਮੈਂ ਨਾਂ ਲਵਾਂ ਤਾਂ ਇਹਨਾਂ ਦੇ ਨਾਂ ਨਹੀਂ ਲੈ ਸਕਦਾ, ਪਰ ਮੇਨ ਸਾਡੇ ਭਾਈ ਸਾਹਿਬ ਭਾਈ ਮਨਜੀਤ ਸਿੰਘ SGPP ਮੈਂਬਰ, ਔਰ ਸਰਦਾਰ ਅਮਰੀਕ ਸਿੰਘ ਵਾੜਾ ਤੇ ਦੀਆਂ ਸਰਪੰਚ ਸਾਹਿਬ ਵੀ ਨੇ ਸਾਡੇ, ਔਰ ਅਕਾਲੀ ਮੋਢੀ ਵੀ ਟਕਸਾਲੀ ਆਗੂ ਨੇ ਜੀ, ਔਰ ਬਾਬਾ ਅਵਤਾਰ ਸਿੰਘ ਜੀ, ਹੋਰ ਵੀ ਸਾਡੇ ਚੇਅਰਮੈਨ ਸਾਹਿਬਾਨ, ਸਰਪੰਚ ਸਾਹਿਬਾਨ, ਇਲਾਕੇ ਦੀਆਂ ਮਹਾਨ ਸ਼ਖਸੀਅਤਾਂ ਪਹੁੰਚੀਆਂ ਨੇ ਜੀ, ਔਰ ਸਾਡੇ ਮਾਣਯੋਗ ਸਾਬਕਾ ਹਲਕਾ ਵਿਧਾਇਕ, ਸਾਡੇ ਜ਼ਿਲ੍ਹੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਵਿਰਸਾ ਸਿੰਘ ਬਲਟੋਹਾ ਸਾਹਿਬ ਵੀ ਪਹੁੰਚੇ ਨੇ ਜੀ। ਅਸੀਂ ਸਾਰੇ ਆਏ ਹੋਏ ਪਤਵੰਤਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ, ਔਰ ਸਾਡੇ ਸ਼ੋਕਮੀ ਸਮਾਗਮ ਦੇ ਵਿੱਚ ਉਹ ਸ਼ਰੀਕ ਹੋਏ ਨੇ, ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਮੈਂ ਗੁਰਪ੍ਰੀਤ ਸਿੰਘ ਪੱਤੂ, ਸਰਦਾਰ ਸੁਰਿੰਦਰ ਸਿੰਘ ਜੀ, ਸਰਦਾਰ ਗੁਰਵਿੰਦਰ ਸਿੰਘ ਜੀ, ਸਰਦਾਰ ਸ਼ਮਸ਼ੇਰ ਸਿੰਘ ਜੀ, ਅਸੀਂ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੱਜਣ ਮਿੱਤਰ, ਯਾਰ ਦੋਸਤ, ਰਾਜਨੀਤਿਕ ਗੈਰ ਰਾਜਨੀਤਿਕ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰ ਸਭ ਸੰਗਤ ਜੀ, ਆਪ ਭਰੀ ਪ੍ਰਕਾਰ ਪਤਾ ਹੈ ਜਹੇਦਾਰ ਚਰਨ ਸਿੰਘ ਪੱਤੂ ਸਾਹਿਬ, ਉਹਨਾਂ ਦੀ ਧਰਮ ਪਤਨੀ
ਮਾਤਾ ਸਰਵਿੰਦਰ ਕੌਰ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਇਕੱਤਰ ਹੋਏ ਹੋ। ਸਾਡੇ ਇਲਾਕੇ ਦੇ ਪੰਚ ਸਰਪੰਚ ਮੋਹਤਬਰ ਸਾਹਿਬਾਨ, ਚੇਅਰਮੈਨ ਸਾਹਿਬਾਨ, ਲੀਡਰ ਸਾਹਿਬਾਨ, ਵੱਖ ਵੱਖ ਪਾਰਟੀਆਂ ਦੇ ਲੀਡਰ ਸਾਹਿਬਾਨ ਬੁਲਾਰੇ ਇੱਥੇ ਪਹੁੰਚੇ ਹਨ। ਸਾਡੇ ਮਤਲਬ ਭੈਣ ਭਰਾ ਰਿਸ਼ਤੇਦਾਰ ਇਹ ਪੱਤੂ ਪਰਿਵਾਰ ਨਾਲ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਏ ਹਨ। ਪੱਤੂ ਪਰਿਵਾਰ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਨ। ਇਸ ਇਲਾਕੇ ਦੇ ਜੌਨ ਇੰਚਾਰਜ ਸਰਪੰਚ ਹਰਿਮੰਦਰ ਸਿੰਘ, ਜਨਰਲ ਸਕੱਤਰ ਮਾਝਾ ਜੌਨ, ਉਹ ਉਹਨਾਂ ਦੇ ਭਾਂਜਾ ਪੱਤੂ ਸਾਹਿਬ ਦੇ, ਉਹ ਵੀ ਪਰਿਵਾਰ, ਉਹ ਪਰਿਵਾਰ ਕਲਸ ਪਰਿਵਾਰ ਵੀ ਧੰਨਵਾਦ ਕਰਦਾ ਆਈਆਂ ਹੋਈਆਂ ਸੰਗਤਾਂ ਦਾ। ਬਾਕੀ ਇਸੇ ਲੀਡਰ ਸਾਹਿਬਾਨ ਸਾਡੇ ਬਹੁਤੇ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪ੍ਰੋਫੈਸਰ ਵਿਰਸਾ ਸਿੰਘ ਵਲਟੋਆ, ਉਹ ਵੀ ਇੱਥੇ ਪੁੱਜੇ ਹਨ। ਭਾਈ ਮਨਜੀਤ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੈਂਬਰ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਨੇ, ਉਹ ਵੀ ਪੁੱਜੇ ਨੇ। ਹੋਰ ਸਾਡੇ ਸਰਪੰਚ ਸਰਦਾਰ ਅਮਰੀਕ ਸਿੰਘ ਜੀ ਜੋਧਪੁਰੀ, ਉਹ ਵੀ ਪੁੱਜੇ ਹਨ। ਸਾਡੇ ਮੁੱਖ ਬੁਲਾਰੇ ਨੇ, ਮਤਲਬ ਬਹੁਤ ਸਤਿਕਾਰਯੋਗ ਮਹਾਨ ਸ਼ਖਸੀਅਤਾਂ ਪਹੁੰਚੀਆਂ ਨੇ। ਅਸੀਂ ਧੰਨਵਾਦ ਕਰਦੇ ਸਾਰੇ ਪਰਿਵਾਰ ਵੱਲੋਂ, ਪੱਤੂ ਪਰਿਵਾਰ ਵੱਲੋਂ, ਕਲਸ ਪਰਿਵਾਰ ਵੱਲੋਂ ਆਇਆ ਹਾਂ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜੀ ਆਖਦੇ ਹਾਂ ਸਾਡੀ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਸੁਖਵਿੰਦਰ ਕੌਰ ਜੀ, ਜੋ ਅੱਜ ਤੋਂ ਕੁਝ ਦਿਨ ਪਹਿਲਾਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਸੰਸਾਰ ਤੋਂ ਚਲੇ ਗਏ ਸਨ, ਅੱਜ ਉਹਨਾਂ ਦੇ ਨਿਮਿੱਤ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਰਬੱਤ ਹੀ ਸੰਗਤਾਂ ਹਾਜ਼ਰ ਹੋਈਆਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ। ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਦੇ ਜਾਣ ਨਾਲ ਬੜਾ ਵੱਡਾ ਘਾਟਾ ਪਿਆ ਹੈ, ਜੋ ਕਿ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸੋ ਅੱਜ ਉਹਨਾਂ ਦੇ ਸਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਜੀ, ਸਰਦਾਰ ਗੁਰਵਿੰਦਰ ਸਿੰਘ ਜੀ ਸਰਪੰਚ ਮੀਆਂਵਾਲਾ, ਸਰਦਾਰ ਸੁਰਿੰਦਰ ਸਿੰਘ ਜੀ ਆੜਤੀਏ, ਸਰਦਾਰ ਸ਼ਮਸ਼ੇਰ ਸਿੰਘ ਜੀ ਆਸਟ੍ਰੇਲੀਆ, ਜੋ ਕਿ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਸਪੁੱਤਰ ਰਹਿੰਦੇ ਨੇ, ਇਸ ਪ੍ਰੋਗਰਾਮ ਨੂੰ ਮੈਂ ਸਮਝਦਾ ਕਿ ਬਹੁਤ ਵੱਡਾ ਘਾਟਾ ਪਿਆ ਹੈ, ਕਿਉਂ ਇਹ ਇਲਾਕੇ ਦੇ ਵਿੱਚ ਇੱਕ ਸਿਰ ਕੱਢ ਪਰਿਵਾਰ ਹੈ, ਸ਼੍ਰੋਮਣੀ ਅਕਾਲੀ ਦਲ ਦੇ ਮੋਢੇ ਨਾਲ ਮੋਢਾ ਢਾਹ ਕੇ ਪਰਿਵਾਰ ਚੱਲਦਾ ਰਿਹਾ, ਅੱਜ ਵੀ ਉਸੇ ਤਰ੍ਹਾਂ ਹੀ ਚੱਲ ਰਹੇ ਨੇ। ਸੋ ਮੈਂ ਉਹਨਾਂ ਨੂੰ ਆਪਣੇ ਵੱਲੋਂ ਸਤਿਕਾਰਯੋਗ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
ਬੜਾ ਸੋਹਣਾ ਉਹਨਾਂ ਦਾ ਜੀਵਨ ਬੜਾ ਵਧੀਆ ਢੰਗ ਦੇ ਨਾਲ ਸੱਚੇ ਢੰਗ ਦੇ ਨਾਲ ਉਹਨਾਂ ਨੇ ਜੀਵਨ ਬਤੀਤ ਕੀਤਾ ਹੈ। ਗੁਰਬਾਣੀ ਦੇ ਨਾਲ ਹਮੇਸ਼ਾ ਹੀ ਉਹਨਾਂ ਦਾ ਪਿਆਰ ਪਿਆ ਹੈ, ਇਹ ਦਾਸਰਿਆਂ ਨੇ ਵੀ ਦੇਖਿਆ ਹੈ। ਸੋ ਸਤਿਗੁਰੂ ਕਿਰਪਾ ਕਰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰ, ਪਰਿਵਾਰ ਨੂੰ ਭਾਣਾ ਮਨਾਉਣ ਦਾ ਬਲ ਬਖਸ਼ਿਸ਼ ਕਰ। ਇੱਥੇ ਹੀ ਸਮਾਪਤੀ ਹੈ, ਹੁਕਮ ਹੋਇਆ ਹੈ, ਹੁਕਮ ਦੀ ਤਾਰੀਫ ਕਰਨੀ ਫਰਜ਼ ਹੈ। ਸੋ ਇਸ ਤੋਂ ਬਾਅਦ ਦੂਸਰੇ ਜਥੇ ਨੇ ਹਾਜ਼ਰੀ ਭਰਨੀ ਹੈ। ਸਾਧ ਸੰਗਤ ਜੀਓ, ਇੱਕ ਬੇਨਤੀ ਮੈਂ ਆਪ ਜੀ ਦੇ ਨਾਲ ਇਹ ਕਰਨੀ ਚਾਹੁੰਦਾ ਹਾਂ ਕਿ ਜਿਵੇਂ ਆਪ ਜੀ ਨੇ ਇਕਾਗਰਤਾ ਬਣਾ ਕੇ ਰੱਖੀ ਹੈ, ਜਿਤਨੇ ਵੀ ਆਪਣੇ ਕੋਲ ਰਾਗੀ ਜਥੇ, ਸਿੰਘ ਸਾਹਿਬਾਨ, ਪ੍ਰਚਾਰਕ ਸਾਰੇ ਆਉਣਗੇ, ਆਪ ਜੀ ਦੀ ਇਕਾਗਰਤਾ ਤੋਂ ਹੀ ਉਹਨਾਂ ਨੇ ਜਾਣੂ ਹੋਣਾ ਹੈ। ਇਕਾਗਰਤਾ ਤੋਂ ਹੀ, ਜਿਤਨੀ ਇਕਾਗਰਤਾ ਆਪ ਜੀ ਦੀ ਬਣੇਗੀ, ਉਤਨਾ ਹੀ ਗੁਰਬਾਣੀ ਦਾ ਰਸ ਆਵੇਗਾ। ਇਹ ਮੇਰੀ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਜਿਤਨੀ ਦੇਰ ਤੱਕ ਦੀਵਾਨ ਦੇ ਵਿੱਚ ਹਾਜ਼ਰੀ ਭਰੀ ਜਾ ਰਹੀ ਹੈ, ਜਿਤਨੇ ਵੀ ਰਾਗੀ ਸਿੰਘ ਕਥਾਵਾਚਕ ਸਿੰਘ ਸਾਹਿਬਾਨ ਆ ਰਹੇ ਨੇ, ਸਾਰਿਆਂ ਨੇ ਆਪੋ ਆਪਣੇ ਵਿਚਾਰ ਅੱਗੇ ਰੱਖਣੇ ਨੇ। ਸੋ ਸਾਰੇ
ਬੇਨਤੀ ਨੂੰ ਪ੍ਰਵਾਨ ਕਰਨਾ ਸਭ ਤੋਂ ਪਹਿਲਾਂ ਇਕਾਗਰਤਾ, ਇਕਾਗਰਤਾ ਆਪ ਜੀ ਬਣਾਓਗੇ, ਆਪ ਨੂੰ ਵੀ ਰਸ ਆਵੇਗਾ, ਗਾਉਣ ਵਾਲੇ ਨੂੰ ਵੀ ਰਸ ਆਵੇਗਾ, ਵਿਚਾਰ ਕਰਨ ਵਾਲੇ ਨੂੰ ਵੀ ਰਸ ਆਵੇਗਾ। ਸੋ ਇਤਨੀ ਬੇਨਤੀ ਪ੍ਰਵਾਨ ਕਰਨੀ ਜੀ। ਜਥਾ ਵਾਹਿਗੁਰੂ, ਵਾਹਿਗੁਰੂ।
ਸਾਹਿਬ ਸ੍ਰੀ ਅਨੰਦਪੁਰ ਸਾਹਿਬ ਕਿਰਪਾ ਕਰ ਮਾਤ ਸੁਖਮਿੰਦਰ ਕੌਰ ਜੀ ਦੀ ਰੂਹ ਨੂੰ ਆਪਣੇ ਚਰਨਾਂ ਤੋਂ ਵਾਸ ਬਖਸ਼ਿਸ਼ ਕਰ ਬੱਚੇ ਪਰਿਵਾਰ ਸਾਹਿਬ ਸਰਮੀਨ ਭਾਂਡ ਮਨਣ ਦਾ ਬਲ ਤੁਹਾਨੂੰ ਬਖਸ਼ਿਸ਼ ਕਰ ਸੁਖੀ ਸੇਵਾ ਪ੍ਰਵਾਨ ਕਰ ਲਈ ਸਭ ਤੋਂ ਬਹੁਤ ਸਤਿਕਾਰ ਜੋ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਗਿਆਨੀ ਸੁਖਜਿੰਦਰ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਸੇਵਾ ਨਿਭਾ ਰਹੇ ਹਨ ਗੁਰੂ ਮਹਾਰਾਜ ਜੀ ਵੀ ਪਹੁੰਚੇ ਹਨ ਆਓ ਉਹਨਾਂ ਦੇ ਦਰਸ਼ਨਾਂ ਪਾਸੋਂ ਅਨਮੋਲ ਬਚਨ ਸਰਵਣ ਕਰਦੇ ਹਾਂ ਦਾਸ ਨੂੰ ਕਿੱਥੇ ਵਜਾਓ ਵਧੇ ਅਤੇ ਹੋ ਅਸੀਂ ਸੰਗਤ ਕੇ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਹੀ ਵਿਰਾਗਮਈ ਸਮੇਂ 'ਤੇ ਜੁੜ ਬੈਠੀ ਸਤਿ ਸੰਗਤ ਜੀ ਸਾਰੇ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਯੋਗ ਮਾਤਾ ਸੁਖਵਿੰਦਰ ਕੌਰ ਜੀ ਪਤਨੀ ਸਵਰਗਵਾਸੀ ਜਥੇਦਾਰ ਹਰਚਰਨ ਸਿੰਘ ਜੀ ਪ੍ਰਭੂ ਦੀ ਆਗਿਆ ਅਨੁਸਾਰ ਪਰਮਾਤਮਾ ਦੇ ਹੁਕਮ ਅਨੁਸਾਰ ਜਿੰਨਾ ਸਮਾਂ ਪਰਮਾਤਮਾ ਨੇ ਉਹਨਾਂ ਨੂੰ ਬਖਸ਼ਿਆ ਦੁਨੀ ਸਵਾਸ ਲੈ ਕੇ ਉਸ ਸੰਸਾਰ 'ਤੇ ਆਏ ਉਹਨਾਂ ਨੂੰ ਸੰਪੂਰਨ ਕਰਦਿਆਂ ਪਿਛਲੇ ਦਿਨੀ ਅਕਾਲ ਚਲਾਉਣਾ ਕਰ ਗਏ ਸਨ ਪਰ ਉਹਨਾਂ ਦੀ ਯਾਦ ਅੰਦਰ ਦੁਸਹਿਰੇ ਦੇ ਸਮੇਂ 'ਤੇ ਸਮੂਹ ਪਰਿਵਾਰ ਵੱਲੋਂ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਸੁਰਿੰਦਰ ਸਿੰਘ ਜੀ ਸਰਪੰਚ ਗੁਰਵਿੰਦਰ ਸਿੰਘ ਜੀ ਸ਼ਮਸ਼ੇਰ ਸਿੰਘ ਜੀ ਉਹਨਾਂ ਦੇ ਬੇਟੇ ਹਨ ਰਿਸ਼ਤੇਦਾਰ ਸੰਬੰਧੀਆਂ ਵੱਲੋਂ ਗੁਰੂ ਪਾਤਸ਼ਾਹ ਦਾ ਕੋਟ ਆਸਰਾ ਲਿਆ ਗਿਆ ਹੈ ਔਰ ਇਸ ਸੰਬੰਧ ਵਿੱਚ ਅੰਮ੍ਰਿਤ ਬਾਣੀ ਦੇ ਭੋਗ ਪਾਏ ਗਏ ਹਨ ਔਰ ਇਸ ਪਵਿੱਤਰ ਸਥਾਨ ਅੰਦਰ ਮਾਤਾ ਦੀ ਯਾਦ ਅੰਦਰ ਸੁਸ਼ਬਦ ਕੀਰਤਨ ਆਪ ਨੇ ਸ਼ਰਮ ਕੀਤਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਭਾਈ ਸੁਖਵਿੰਦਰ ਸਿੰਘ ਜੀ ਹਜ਼ੂਰੀ ਕੀਰਤਨੀ ਉਹਨਾਂ ਨੇ ਆਪ ਨੂੰ ਕੀਰਤਨ ਸ਼ਰਮ ਕਰਵਾਇਆ ਹੈ ਅਤੇ ਕੁਝ ਸਮਾਂ ਆਪਾਂ
ਸੋ 10-15 ਮਿੰਟ ਦਾ ਸਮਾਂ ਹੈ। ਸੋ ਉਹਨਾਂ ਦੀ ਯਾਦ 'ਚ ਆਪਾਂ ਵਿਚਾਰ ਸਾਂਝੀ ਕਰਨੀ ਹੈ। ਸੋ ਪਰਮੇਸ਼ੁਰ ਦਾ ਸੰਜੋ ਹੁਕਮ ਹੈ, ਜਦੋਂ ਪ੍ਰਾਣੀ ਸੰਸਾਰ 'ਤੇ ਆਉਂਦਾ ਹੈ ਨੂੰ ਰਹੀਏ ਚੱਲਣਾ ਪਰਥਾਏ, ਉਹਦੇ ਨਾਲ ਹੀ ਉਹਦਾ ਮੌਤ ਦਾ ਸਮਾਂ, ਅੰਤ ਦਾ ਸਮਾਂ ਨਿਯਤ ਕਰ ਦਿੱਤਾ ਜਾਂਦਾ ਹੈ। ਇੰਨਾ ਸਮਾਂ ਤੂੰ ਸੰਸਾਰ 'ਤੇ ਰਹਿਣਾ, ਔਰ ਜਦੋਂ ਉਹ ਸਮਾਂ ਆ ਜਾਂਦਾ ਹੈ, ਜਦੋਂ ਪ੍ਰਭੂ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਦੀ ਪੂੰਜੀ ਪੂਰੀ ਹੋ ਜਾਂਦੀ ਹੈ, ਫਿਰ ਇਸ ਪ੍ਰਾਣੀ ਨੂੰ ਬੁਲਾ ਲਿਆ ਜਾਂਦਾ ਹੈ। ਭੱਲੇ ਆ ਵੀ ਨਾਨਕ ਸਦੇ ਉੱਠੀ ਜਾਏ, ਆਇਆ ਸੀ ਉਹਦੇ ਕੱਲੇ ਅਨੁਸਾਰ, ਜਦੋਂ ਸੱਦਿਆ ਤਾਂ ਉੱਠ ਕੇ ਜਾਣਾ ਪੈਂਦਾ ਹੈ। ਉਹ ਦੁਨੀਆਂ 'ਚ ਕੋਈ ਵੀ ਟਿਕ ਨਹੀਂ ਸਕਦਾ, ਰਹਿ ਨਹੀਂ ਸਕਦਾ। ਰਾਣਾ ਰਾਓ ਨਾ ਕੋ ਰਹਿ ਰੰਗ ਨਾ ਧੁੰਦ ਫੁਕੀ, ਉਹ ਚਾਹੇ ਵਿਚਾਰਾ ਗਰੀਬ ਹੋਵੇ, ਅਮੀਰ ਹੋਵੇ, ਰਾਜਾ ਹੋਵੇ, ਰਾਜਾ ਪ੍ਰਜਾ ਸਮ ਕਰ ਮਾਰੇ ਐਸੋ ਕਾਲ ਬਡਾਨੇ ਗਏ। ਤੂੰ ਕਾਲ ਕਾਲ ਵਿਆਜ ਜੋ ਪਰਿਉ ਡੋਲੇ, ਮੁੱਖ ਪਸਾਰੇ ਮੀਂਹ। ਤੂੰ ਕਾਲ ਇੱਕ ਵੱਡੇ ਅਸਰਾਲ ਵਾਂਗ ਸਾਪਾਂ ਮੂੰਹ ਵੱਡ ਕੇ ਸਾਡੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ। ਜਿਹੜਾ ਕਾਲ ਹੈ ਉਹ ਜਦੋਂ ਆ ਜਾਂਦਾ ਹੈ, ਵੈਦਿਕ ਅੰਕ ਆਪਾਂ ਕਹਾਂ ਦੋ ਭਾਖੇ, ਡਾਕਟਰ ਟੀਮ ਕੁਛ ਨਹੀਂ ਕਰ ਸਕਦਾ ਹੈ। ਉਹ ਸੰਸਾਰ ਨੂੰ ਜਿੱਤਣ ਵਾਲਾ ਸਿਕੰਦਰ ਬਾਦਸ਼ਾਹ, ਉਹ ਜਦੋਂ ਹਿੰਦੁਸਤਾਨ ਦੇ ਇਸ ਬੰਨੇ ਆਇਆ, ਉਹਦਾ ਦਿਲ ਘਬਰਾਉਣ ਲੱਗਾ, ਦੁਨੀਆ ਨੂੰ ਜਿੱਤਣ ਵਾਲਾ ਹੈ, ਪਰ ਇੰਨੀ ਸੀ ਸਮੁੰਦਰ ਰਾਹੀਂ ਦੂਰ ਨਿਕਲ ਚੁੱਕਾ ਹੈ। ਬੜੇ ਯਤਨ ਕੀਤੇ ਪਰ ਉਹ ਥੋੜ੍ਹੇ ਵੀ ਸਵਾਸ ਵਧਾਰੇ ਨਾ ਲੈ ਸਕਿਆ, ਰਸਤੇ 'ਚ ਮਾਰਿਆ ਪਿਆ। ਉਹ ਗੁਰੂ ਨਵਾਜ ਪਾਤਸ਼ਾਹ ਜੀ ਆਪਣੇ ਸਲੋਕਾਂ ਦੀ ਬਖਸ਼ਿਸ਼ ਕਰਦੇ ਆ, ਰਾਮ ਵੇਰੋ ਰਾਮਣ ਵੇਰੋ ਜਾ ਕੋ ਗੋ ਪ੍ਰਵਾ, ਕਉ ਨਾਨਕ ਥਿਰ ਕਸ ਨਹੀਂ ਸੁਪਨੇ ਜਿਉਂ ਸੰਸਾਰ। ਤੂੰ ਸੁਪਨੇ ਦੀ ਨਿਆਏ ਸੰਸਾਰ ਹੈ। ਅਸੀਂ ਹੁਣੇ ਇੱਕ ਸ਼ਬਦ ਸ਼ਰਮ ਕਰ ਰਹੇ ਸੀ,
ਦੇਹ ਸੱਜਣ ਅਸੀਸਰੀਆ ਜੋ ਹੋਵੇ ਸਾਹਿਬ ਸਿਉਂਦੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ। ਉਹ ਜਿਹੜਾ ਗੁਰੂ ਨੂੰ ਮੰਨਦਾ ਹੈ, ਜਿਹੜਾ ਜੀਵਨ ਗੁਰੂ ਮੁਤਾਬਕ ਗੁਜ਼ਾਰਦਾ, ਉਹ ਹਰ ਸਿੱਖ ਰਾਤ ਨੂੰ ਸੋਹਿਲਾ ਪੜ੍ਹਦਾ ਹੈ। ਸਿੱਖੀ ਦਾ ਪ੍ਰਚਾਰ ਕੀਤਾ ਤੇ ਅੱਠ ਅੱਠ ਘੰਟੇ ਕਥਾ ਕਰਨੀ, ਅੱਠ ਅੱਠ ਘੰਟੇ ਕਿੰਨਾ, ਇੱਥੇ ਚਲੇ ਜਾਓ, ਉੱਥੇ ਚਲੇ ਜਾਓ, ਜੇ ਗੱਡੀ ਨਾ ਮਈ ਤਾਂ ਸਾਈਕਲ 'ਤੇ ਚਲੇ ਜਾਣਾ। ਉਹ ਸਿੰਘਾਂ ਨੇ ਆਖਿਆ, ਮਹਾਂਪੁਰਸ਼ ਤੁਸੀਂ ਇਸ ਸਰੀਰ ਨੂੰ ਆਰਾਮ ਦੀ ਵੀ ਲੋੜ ਹੈ। ਉਹ ਇੱਕ ਸ਼ਬਦ ਆਉਂਦੇ ਸੀ ਕਿ ਇਹ ਮਨੁੱਖ ਜਨਮ ਲੈ ਕੇ ਅਤੇ ਉਹ ਵੀ ਸਿੱਖਾਂ ਦੇ ਘਰ 'ਚ ਜਨਮ ਲੈ ਕੇ ਸੁੱਤਿਆਂ ਗੁਜ਼ਾਰਦਾ, ਇਹ ਲਾਨਤ ਹੈ। ਉਹ ਕਹਿੰਦੇ, ਮੈਨੂੰ ਤਾਂ ਸਮਾਂ ਹੀ ਸਾਨੂੰ ਧਰ ਲਈ ਘੜੀ ਦਾ ਨਹੀਂ ਪਤਾ ਹੈ, ਹਰ ਜਪਦਿਆਂ ਫਿਰ ਢਿੱਲ ਨਾ ਕੀਚੇ ਮੇਰੀ ਜਿੰਦੜੀ, ਮੱਤ ਕੇ ਜਾਪੈ ਸਾਹ ਆਵੇ ਤੇ ਨਾ ਆਵੇ ਨਾ। ਅਤੇ ਆਪਾਂ ਤਾਂ ਬੜੇ ਬੜੇ ਯੁੱਗਾਂ ਦੀ ਆਸ ਬੰਨ ਬੈਠਦੇ ਹਾਂ ਬਹੁਤ, ਸੋ ਕਈ ਤਰ੍ਹਾਂ ਦੀਆਂ ਆਸਾਂ ਸਾਵਾਂ ਧਾਰੇ ਬੈਠੇ ਹਾਂ। ਹੈ ਅਸੀਂ ਇਹਨਾਂ ਦਾ ਪਾਠ ਵੀ ਹੈ, ਪਾਪਕ ਜੀਵਨ ਇੱਕ ਬਰਾਬਰ ਹੈ ਗੁਰਸਿੱਖ ਲਈ। ਉਹ ਇਹ ਨਾ ਜਾਣੇ ਕਿ ਸਦਾ ਆਨੰਦੀ ਹੈ, ਸੱਦ ਵੀ ਬੜੀ ਜਾਣੀ ਹੈ। ਇਹ ਨਾ ਜਾਣੇ ਕਿ ਘੋੜੀਆਂ ਗਾਈਆਂ ਜਾ ਰਹੀਆਂ ਹਨ ਅਤੇ ਸ਼ਾਇਦ ਲਾਣੀਆਂ ਨਹੀਂ, ਇਹ ਹਰ ਇੱਕ 'ਤੇ ਬੜੀਆਂ ਜਾਣੀਆਂ ਹਨ। ਪਰ ਉਹਦੇ ਲਈ ਜ਼ਰੂਰੀ ਹੁੰਦਾ ਹੈ, ਆਪਾਂ ਕਈ ਤਰ੍ਹਾਂ ਦੇ ਏਮ ਬਣਾਏ ਹੁੰਦੇ ਹਨ ਕਿ ਇੰਨੇ ਸਮੇਂ 'ਚ ਅਸੀਂ ਬੱਚੇ ਸੈੱਟ ਕਰ ਦੇਣੇ ਹਨ, ਇੱਡਾ ਕੁ ਮਹਿਲ ਸਾਰ ਲੈਣਾ ਹੈ, ਆਹ ਕਰ ਲੈਣਾ, ਉਹ ਕਰ ਲੈਣਾ। ਪਰ ਕਦੀ ਜ਼ਿੰਦਗੀ ਦਾ ਇਹ ਏਮ ਨਹੀਂ ਬਣਾਇਆ ਕਿ ਇੰਨੇ ਕੁ ਸਮੇਂ 'ਚ ਕੋਈ ਸਾਡਾ ਜੀਵਨ ਵੀ ਉੱਚਾ ਹੋ ਜਾਵੇ, ਥੋੜ੍ਹਾ ਸਾਡੇ ਜੀਵਨ ਦਾ ਮਰਿਆਦ ਥੋੜ੍ਹਾ ਵੱਧ ਜਾਵੇ, ਕੋਈ ਸੁੱਖ ਵਿੱਚ ਟਿਕ ਜਾਵੇ, ਕਿਉਂਕਿ ਅਸੀਂ ਉਹਨੂੰ ਮਿਲਣਾ ਹੈ ਜਿਹਦੇ ਨਾਲ ਸਤਿਕਾਰ ਕੀਤਾ ਹੈ। ਪਰ ਗੁਰੂ ਪਾਤਸ਼ਾਹ ਜੀ ਬਾਣੀ 'ਚ ਬਖਸ਼ਿਸ਼ ਕਰਦੇ ਆ, ਕਈ ਐਸੇ ਗੁਰਮੁਖ ਹੁੰਦੇ ਆ ਉਹਨਾਂ ਨੂੰ ਉਹ ਪੰਜ ਸਾਲ 'ਚ ਸੁਰਤ ਜਾਪ ਪੈ ਜਾਂਦੇ, ਬੱਚੇ ਤੋਂ ਸ਼ੁਰੂ ਹੋ ਜਾਂਦੇ ਆ, ਉਹਦੀ ਕਿਰਪਾ ਹੁੰਦੀ ਹੈ। ਅਤੇ ਉਹ ਕਾਰਨ ਇਹ ਹੁੰਦਾ ਹੈ, ਗੁਰਮੁਖਾਂ ਕਰਾਂ ਉੱਪਰ ਹੱਥ ਚੇਤਿਆ ਸਿਪਾਹੀ ਮੋਖ ਦੁਆਰ। ਕੁਝ ਐਸੇ ਹੁੰਦੇ ਆ ਕਿ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਅਤੇ ਜਦੋਂ ਸਵਾਸ ਥੋੜ੍ਹੇ ਰਹਿ ਜਾਂਦੇ ਆ, ਫਿਰ ਕਈ ਤਰ੍ਹਾਂ ਦੇ ਯਤਨ ਕੀਤੇ ਜਾਂਦੇ ਹਨ, ਫਿਰ ਚੇਤਾ ਆਉਂਦਾ ਹੈ ਕਿ ਮੈਂ ਤਾਂ ਕੋਈ ਪੂੰਜੀ ਲਈ ਨਹੀਂ ਨਾਲ, ਕੁਝ ਜਿਹੜਾ ਹਿਸਾਬ ਤਾਂ ਦੇਣਾ ਸੀ, ਜਿਹੜਾ ਉਸ ਦਰ 'ਤੇ ਜਾ ਕੇ ਕੁਝ ਕਹਿਣਾ ਸੀ, ਸੁਰਖਰੂ ਹੋ ਕੇ ਜਾਣਾ ਸੀ, ਉਹ ਕੀਤਾ ਨਹੀਂ ਹੈ। ਪਰ ਗੁਰੂ ਪਾਤਸ਼ਾਹ ਕਹਿੰਦੇ ਕਿ ਤੇਰਾ ਹਰ ਦਿਨ ਵਾਰ ਘੜੀ ਲਿਖਿਆ ਹੋਇਆ, ਸੰਬਤ ਸਾਰਾ ਲਿਖਿਆ, ਸੋ ਮਿਲ ਕਰ ਪਾਵ ਹੋਤੇ। ਤੋ ਤੇਲ ਦਾ ਹੁੰਦਾ ਹੈ ਕਿ ਉਹ ਦ੍ਰਿਸ਼ਟਾਂਤ ਵਿਆਹ ਦਾ ਲਿਆ, ਕਈ ਕਹਿੰਦੇ ਨੇ ਤੇਲ ਪਾਓ ਇਹਨੂੰ, ਅਜੇ ਮਾਈਆਂ ਬਹਾਓ। ਇੱਥੇ ਮਾਲਕ ਕਹਿੰਦੇ ਕਿ ਤੇਰਾ ਸੰਬਤ ਹੁੰਦਾ ਸਾਲ, ਜਦੋਂ ਕੋਈ ਲੜਕੀ ਲੜਕਾ ਵਿਆਹ ਜਾਂਦਾ ਹੈ ਤਾਂ ਉਹਦਾ ਦਿਨ ਵਾਰ ਘੜੀ ਲਿਖਿਆ ਜਾਂਦਾ, ਤਾਂ ਇੰਨੇ ਟਾਈਮ ਨਾਲ ਬਰਾਤ ਆਉਣੀ ਆ, ਆਹ ਉਹ ਸਾਰਿਆਂ 'ਚ ਰੱਬ ਦੇ ਹੁੰਦੇ। ਅਤੇ ਮਹਾਰਾਜ ਜੀ ਕਹਿੰਦੇ ਪੈਂਦੇ ਖਾਨਾ ਵੀ ਤੈਨੂੰ ਵਿਕਾਰਾਂ ਨੇ ਕੀ ਕਹਿਣਾ ਹੈ, ਤੇਰੀ ਵੈਸੇ ਸੱਤਾਂ ਦਿਨਾਂ 'ਚ ਮੌਤ ਹੋ ਜਾਣੀ, ਤੇਰਾ ਤਾਂ ਉਮਰ ਹੀ ਪੂਰੀ ਹੋ ਗਈ।
ਹੁਣ ਉਪਦੇਸ਼ ਲੈਣ ਆਇਆ, ਹੁਣ ਤੁਸੀਂ ਕਿਸੇ ਨੂੰ ਉਪਦੇਸ਼ ਲੈਣ ਜਾਓ ਜਾਂ ਕੋਈ ਕਹਿਣਗੇ ਟਾਈਮ ਕਿਹੋ ਜਿਹਾ, ਇਸ ਦੇ ਬਾਬਾ ਜੀ ਨੇ ਕਿਹੋ ਜਿਹੀ ਗੱਲ ਕਰਤੀ, ਕਈ ਫਿਰ ਗੁੱਸੇ ਵੀ ਹੋ ਜਾਂਦੇ ਆ। ਇਹ ਕੋਈ ਸਮਾਂ ਨਹੀਂ ਸੀ। ਉਹ ਕਹਿੰਦਾ ਮਹਾਰਾਜ ਇਹ ਵੀ ਆਖਿਆ, ਉਹ ਉਪਦੇਸ਼ ਲੈਣ ਆਇਆ ਪਰ ਉਹ ਵਿਚਾਰਾ ਫਿਰ ਉੱਥੋਂ ਫਤਿਹ ਬੁਲਾ ਕੇ ਮੁੜਿਆ। ਇਸ ਤਰ੍ਹਾਂ ਨਹੀਂ ਵੇਖਿਆ, ਤੁਸੀਂ ਵੀ ਰੋ ਰਹੇ ਜੀ। ਕਹਿੰਦੇ ਵੀ ਮੈਂ ਮੇਰੀ ਮਾਂ ਸੀ ਪਰ ਕਹਿੰਦੇ ਮੈਨੂੰ ਰਣਜੀਤ ਸ਼ਬਦ ਕਿਸੇ ਨੇ ਨਹੀਂ ਕਹਿਣਾ, ਸ਼ੇਰੇ ਪੰਜਾਬ ਮਹਾਰਾਜਾ ਤਾਂ ਸਾਰੇ ਕਹਿਣਗੇ ਪਰ ਛੋਟਾ ਜਿਹਾ ਨਾਂ ਕੋਈ ਨਹੀਂ ਲਏਗਾ, ਇਸ ਤੋਂ ਬਾਅਦ ਉਹ ਮਾਂ ਹੀ ਲੈ ਸਕਦੀ ਹੈ। ਪਰ ਉਸ ਤਰ੍ਹਾਂ ਜੋ ਮਾਂ ਉਹਨਾਂ ਨੇ ਅੰਮ੍ਰਿਤ ਛਕਿਆ, ਗੁਰੂ ਘਰ ਦੇ ਮਹਾਨ ਇਸ ਪਰਿਵਾਰ ਨੇ ਸੇਵਾ ਨਿਭਾਈ, ਮਹਾਂਪੁਰਸ਼ਾਂ ਦੇ ਨਾਲ ਵੀ ਰਹਿ ਕੇ ਬੜੀ ਇਹਨਾਂ ਸੇਵਾਵਾਂ ਕੀਤੀਆਂ, ਫਿਰ ਵੀ ਕਈ ਜ਼ਿੰਦਗੀ 'ਚ ਇਨਸਾਨ ਕੋ ਭੁੱਲਣਹਾਰ ਹੈ, ਮਾਟੀ ਕਰਕੇ ਧੋਪੇ ਸਵਾਮੀ ਮਾਨਸ ਦੀ ਗਤੀ ਹੀ ਕੋਈ ਘਾਟ ਬਾਟ ਰਹਿ ਜਾਂਦੀ ਹੈ। ਗੁਰੂ ਪਾਤਸ਼ਾਹ ਬਖਸ਼ਣ ਯੋਗ ਹਨ, ਦੇਖੇ ਕਤੇ ਨਾ ਛੋਟੀ ਅੱਖੇ ਨਖਣ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਹਾਰ ਉਤਾਰ, ਅੰਬ ਦੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਾਉਜ ਲਫੇਰਾ। ਇਹ ਸਾਡੇ ਸਾਰਿਆਂ ਦੀ ਅਰਦਾਸ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਉਸ ਮਾਤਾ ਨੂੰ ਚਰਨਾ ਚ ਨਿਵਾਸ ਬਖਸ਼ਣ, ਸਾਰੇ ਪਰਿਵਾਰ ਨੂੰ ਗੁਰੂ ਪਾਤਸ਼ਾਹ ਭਾਣਾ ਮੰਦਾ ਬਲ ਬਖਸ਼ੇ, ਪਰਿਵਾਰ ਨੂੰ ਸੁੱਖੀ ਬਖਸ਼ਣ, ਗੁਰੂ ਘਰ ਦੀ ਸੇਵਾ ਬਖਸ਼ਣ, ਇੰਨਾ ਸਮਾਂ ਸ਼ਾਸਨ ਪ੍ਰਵਾਨ ਕਰਨਾ, ਸਾਰੀਆਂ ਸੰਗਤਾਂ ਦਾ, ਸਾਰੇ ਬੇਅੰਤ ਪ੍ਰਮੁੱਖ ਪਿਆਰੇ ਇੱਥੇ ਪਹੁੰਚੇ ਹਨ, ਸਾਰਿਆਂ ਦਾ ਧੰਨਵਾਦ। ਪਿਆਰ ਸਿਰ ਪਤੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਗੀਕਾਰ ਕਰੇ ਤੇਰਾ ਕਾਲ ਸਭ ਸਵਾਰ ਨਾ ਸਭਨਾ ਗੁਣਾ ਸੁਰਾ ਸੁਆਮੀ ਸੋ ਕਰਮਨੋ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਅਰਨਾ ਮੇਰੇ ਸਾਚੇ ਸਾਹਿਬਾ ਗਿਆਨਾ ਹੀ ਕਰਤੇ ਹੈ ਘਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਦੁਰ ਜਲਾ ਦੇਵੀ ਨਾਮ ਮਨ ਵਸਾਵੈ ਨਾਮ ਮਿਲ ਕੇ ਮਨ ਵਸਿਆਵਾ ਜਿਸ ਸੰਗਤ ਭੇਜੇ ਕਹੇ ਨਾਮ ਸੱਚੇ ਸਾਹਿਬਾ ਗਿਆਨਾ ਹੀ ਕਰਤੇ ਹੈ ਸਾਚਾ ਨਾਮ ਮੇਰਾ ਆਧਾਰ ਜੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨਾਏ ਵਸਿਆ ਜਿਨ ਸ਼ਾਂ ਸਭ ਪੁਜਾਈਆਂ ਸਦਾ ਗੁਰਬਾਰ ਕੀਤਾ ਗੁਰਗੱਡੋ ਜਿੰਦੀਆਂ ਹੇ ਵਿਆਈਆਂ ਕਹੇ ਨਾਮ ਸੁਣੋ ਸੰਤੋ ਸਭ ਧਰਮ ਪਿਆਰ ਸਾਜਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਜਿਤ ਕਰਤ ਭਾਗਾ ਕਰਤ ਭਾਗੇ ਸਭ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਵਾਸ ਕੀਤੇ ਕਾਲ ਹੰਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪ੍ਰੀਤ ਕਹਿ ਤੇ ਕਵਿਤ ਸਤਿਗੁਰ ਰਹਾ ਭਾਰ ਪੂਰੇ ਬਿਨਾਂਤ ਨਾਨਕ ਗੁਰ ਚਰਨ ਲਾਗੇ
ਵਾਜੇ ਅਨਾਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ ਦਿਵਸ ਰਾਤ ਦੋਇਦਾਈ ਦਾਇਆ ਖੇਲਾ ਸਗਲ ਜਗਤ ਚਰਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਰਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਰਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਠਾਈ ਕੋਈ ਨਾਉ ਨਾ ਜਾਣ ਮੇਰਾ ਵਾਹਿਗੁਰੂ ਗੱਜ ਕੇ ਪੜਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਰੇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਤ ਗੁਰੂ ਨਾਨਕ ਲਈ ਤਿਆਰੇ ਫਿਰ ਅੰਦਰ ਗੁਰਦੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਮ ਇਹਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥੀ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਚਬਰ ਛਤਰ ਸਿੰਘਾਸਨ ਦੇ ਮਾਲਕ ਧਾਨਾ ਧਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਅਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਤਨ ਆਰਿਆਂ ਨਾ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਵਾਹਿਗੁਰੂ ਜਿਤੇ ਆਵੇ ਜਿਤੇ ਆਵਣ ਤਾਂ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ।
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਤਾਨਾ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਪੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਇ ਮਤ ਜੇ ਮਤ ਪਤ ਦੇ ਰਾਖੇ, ਹੇ ਅਕਾਲ ਪੁਰਖ ਅੰਤਰ ਜਾਣ ਦਦਾਰ, ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ। ਹੇ ਨਮਾਣਿਆਂ ਦੇ ਮਾਨ, ਨਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗਰੀਬ ਨਵਾਸਤ ਕੋਈ ਆਈ ਵਾਰੀਏ ਦੇ ਮਾਵਾਂ ਅਨੁਸਾਰ, ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਜਥੇਦਾਰ ਸਵਰਗ ਵਾਸੀ ਸਰਦਾਰ ਹਰਚਰਨ ਸਿੰਘ ਜੀ, ਇਹਨਾਂ ਦੇ ਧਰਮ ਸਪਤਨੀ ਮਾਤਾ ਸੁਖਵਿੰਦਰ ਕੌਰ ਜੀ ਸੰਸਾਰ ਦੀ ਯਾਤਰਾ ਕਰਨ ਵਾਸਤੇ ਆਏ ਸਨ, ਜਿੰਨੇ ਆਪ ਜੀ ਨੇ ਸਵਾਸੇ ਆਰਜੂ ਬਖਸ਼ਿਸ਼ ਕੀਤੀ ਉਹਨੇ ਸਵਾਸੇ ਭੋਗਦੇ ਹੋਏ ਆ। ਕੁਝ ਦਿਨ ਪਹਿਲਾਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਗਰੀਬ ਵਾ ਸਤਗੁਰੂ ਵਿਛੜੀ ਹੋਈ ਗੁਰੂ ਦੇ ਨਿਮਿਤ ਇਹਨਾਂ ਦੇ ਪਿਆਰੇ ਸਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਜੀ, ਸਰਦਾਰ ਸੁਰਿੰਦਰ ਸਿੰਘ ਜੀ, ਸਰਦਾਰ ਗੁਰਵਿੰਦਰ ਸਿੰਘ ਜੀ, ਸਰਦਾਰ ਸ਼ਮਸ਼ੇਰ ਸਿੰਘ ਜੀ, ਸੁਖ ਪਰਿਵਾਰ ਨੇ ਆਪ ਜੀ ਦੇ ਪਾਵਨ ਚਰਨ ਕਮਲਾਂ ਦਾ ਓਟ ਆਸਰਾ ਲੱਗੇ। ਸੇਵਕਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ। ਉਪਰੰਤ ਗਰੀਬ ਨਵਾਸ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਾਵਨ ਅਸਥਾਨਾਂ ਤੇ ਦੀਵਾਨ ਹਾਲ ਦੇ ਅੰਦਰ, ਗਰੀਬ ਨਵਾਸ ਸਤਿਗੁਰੂ ਖੁੱਲ੍ਹੇ ਪੰਡਾਲਾਂ ਦੇ ਅੰਦਰ ਇਲਾਹੀ ਗੁਰਬਾਣੀ ਦਾ ਕੀਰਤਨ ਹੋਏ, ਕਥਾ ਵਿਚਾਰ ਹੋਈ ਹੈ, ਪੜ੍ਹੀ ਹੋਈ ਗੁਰਬਾਣੀ ਵਿਚਾਰਾਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣੀਆਂ। ਗਰੀਬ ਨਵਾਸ ਸਤਿਗੁਰੂ ਕਿਰਪਾ ਕਰਨੀ, ਵਿਛੜੀ ਹੋਈ ਗੁਰੂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਜੀਵ ਪ੍ਰਾਣੀ ਤੋਂ ਸੰਸਾਰ ਦੇ ਅੰਦਰ ਵਿਚਰਦਿਆਂ ਹੋਏ ਆ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਕੇ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ, ਪਿੱਛੋਂ ਪਰਿਵਾਰ ਨੂੰ ਭਾਣਾ ਮਨਾਂ ਦਾ ਬਲ ਬਖਸ਼ਿਸ਼ ਕਰਨਾ, ਸੇਵ ਪਰਿਵਾਰ ਦੇ ਵਿੱਚੋਂ ਦੁੱਖਾਂ ਰੋਗਾਂ ਔਗਣਾਂ ਬਿਗਨਾਂ ਦੇ ਨਾਸ ਕਰਨੇ, ਤੰਦਰੁਸਤੀਆਂ, ਸੁੱਖ ਸ਼ਾਂਤੀਆਂ, ਖੁਸ਼ੀਆਂ ਤੇ ਖਿੜੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਜੋ ਵੀ ਮਾਈ ਭਾਈ ਨੇ ਆਪ ਜੀ ਕੇ ਹਜ਼ੂਰ ਪਹੁੰਚ ਕੇ ਹਾਜ਼ਰੀਆਂ ਭਰੀਆਂ, ਸਭਨਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ, ਤਿਲ ਹੋਰ ਭੇਟਾਵਾਂ ਦਾ ਪ੍ਰਵਾਨ ਕਰਨੀਆਂ, ਸਭਨਾਂ ਨੂੰ ਘਰੋਂ ਘਰੋਂ ਗੁਰਸਿੱਖੀ ਜੀਵਨ ਭਰੋਸੇ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਆਪ ਜੀ ਦੇ ਸੇਵਕਾਂ ਦੇ ਵੱਲੋਂ ਆਪ ਜੀ ਨੂੰ ਸੁੰਦਰ ਦੁਸ਼ਾਲੇ ਭੇਟਾ ਕੀਤੇ ਗਏ ਹਨ, ਬੇਅੰਤ ਮਾਇਆ ਹਾਜ਼ਰ ਹੈ, ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਨਿਕਲੀ ਸੋ ਖਜ਼ਾਨੇ ਭਰਪੂਰ ਕਰਨੇ, ਸੇਵਕਾਂ ਦੇ ਲੋਕ ਸੁਖੀ ਗਏ ਪਰ ਲੋਕ ਸੁਹੇਲੇ ਕਰਨੇ, ਆਪ ਜੀ ਕੇ ਹਜ਼ੂਰ ਕੜਾ ਪ੍ਰਸਾਦ ਕੀ ਦੇਵ ਹਾਜ਼ਰ ਹੈ, ਕਰੀ ਪਾਤ ਸਭ ਸੋਚ ਭੁਗਤਰਾ, ਹੁਣ ਲਾਭ ਹੋ ਭੋਗ ਹਰਾਏ, ਆਪ ਜੀ ਕਾ ਭੋਗ ਲਗਾ ਹੈ, ਸਿੱਖ ਪ੍ਰਸਾਦ ਸਮੋਸਾ ਸੰਗਤ ਵਿੱਚ ਵਰਤਾ ਹੈ, ਜੋ ਜੀ ਸਕੈ ਸੋ ਆਪ ਜੀ ਕਾ ਨਾਮ ਜਪੈ, ਹਜ਼ੂਰ ਕਰੋ ਕਿਰਪਾ ਬਖਸ਼ੋ ਪਾਵਨ ਹੁਕਮਨਾਮੇ, ਹੁਕਮਨਾਮੇ ਸੁਣਾ ਕੇ ਸੰਗਤਾਂ ਨੂੰ ਸੁੱਖ ਸ਼ਾਂਤੀ ਬਖਸ਼ਿਸ਼ ਕਰੋ, ਸੇਵ ਪਿਆਰੇ ਮੇਲ ਜਿਨ੍ਹਾਂ ਮਿਲੇ ਆ, ਆਪ ਜੀ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਵੇਂ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਰਾਜ ਕਰੇਗਾ ਖਾਲਸਾ।
ਜੋ ਸ਼ਰਧਾ ਕਰ ਸੇਵਤ ਵਾਹਿਗੁਰੂ ਪਾਰਿ ਉਦਾਰ ਮਹਾਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਣਾ ਰਾਉ ਨ ਕੋ ਰਹਿ ਰੰਗ ਨ ਤੁੰਗ ਫਕੀਰ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨਾ ਸੂਝੈ ਦੂਜੀ ਠਾਰ ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਅਲੇਖਾ ਛੂਟੈ ਹਮ ਨਿਰਗੁਣ ਲਿਹੋ ਉਵਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਮਾਤਾ ਸੁਖਵਿੰਦਰ ਕੌਰ ਜੀ
ਜਿਨ੍ਹਾਂ ਨੂੰ ਉਹਨਾਂ ਦੀ ਅੰਤਮ ਅਰਦਾਸ ਅਤੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹਾਂ। ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਜਿਨ੍ਹਾਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ। ਉਪਰੰਤ ਸੱਚਖੰਡ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ ਜੀ ਸਿੰਘ ਸਾਹਿਬ ਉਹਨਾਂ ਨੇ ਵੀ ਕਥਾ ਦੁਆਰਾ ਸਤਿਕਾਰਯੋਗ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ। ਸਤਿਕਾਰਯੋਗ ਮਾਤਾ ਦੇ ਜਾਣ ਨਾਲ ਸਾਡੇ ਵੀਰ ਸਰਦਾਰ ਗੁਰਪ੍ਰੀਤ ਸਿੰਘ ਜੀ, ਸਰਦਾਰ ਗੁਰਵਿੰਦਰ ਸਿੰਘ ਜੀ ਸਰਪੰਚ ਨੀਆਲਾ ਔਰ ਸਰਦਾਰ ਸੁਰਿੰਦਰ ਸਿੰਘ ਜੀ ਆੜ੍ਹਤੀ, ਸਰਦਾਰ ਸ਼ਮਸ਼ੇਰ ਸਿੰਘ ਜੀ ਸਟੇਲੀਆ ਉਹਨਾਂ ਦੇ ਸਪੁੱਤਰ ਸਾਹਿਬਾਨ, ਜਿਨ੍ਹਾਂ ਨੂੰ ਸਤਿਕਾਰਯੋਗ ਮਾਤਾ ਜੀ ਦੇ ਜਾਣ ਦੇ ਨਾਲ ਬਹੁਤ ਵੱਡਾ ਘਾਟਾ ਪਿਆ ਹੈ, ਨਾ ਹੋਣ ਵਾਲਾ ਘਾਟਾ ਹੈ, ਇਹ ਪੂਰਾ ਨਹੀਂ ਹੋ ਸਕਦਾ, ਕਿਉਂਕਿ ਕੁਝ ਸਮਾਂ ਪਹਿਲਾਂ ਹੀ ਸਾਡੇ ਬਹੁਤ ਸਤਿਕਾਰਯੋਗ ਜਹੇਦਾਰ ਸਰਦਾਰ ਹਰਚਰਨ ਸਿੰਘ ਜੀ ਪੱਤੂ, ਉਹ ਵੀ ਇਸ ਪਰਿਵਾਰ ਨੂੰ ਸਦੀ ਵਿਛੋੜਾ ਦੇ ਕੇ ਗਏ। ਉਹਨਾਂ ਨੂੰ ਵੀ ਮੇਰੇ ਘਰ ਡੇਢ ਕੁ ਸਾਲ ਦਾ ਇਹ ਸਮਾਂ ਹੋਇਆ, ਬਹੁਤ ਦੁੱਖ ਦੀ ਗੱਲ ਹੈ। ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਰਦਾਰ ਦਲਜੀਤ ਸਿੰਘ ਗਿੱਲ ਨੂੰ ਕਿ ਉਹ ਇੱਕ ਮਿੰਟ ਲਈ ਆ ਕੇ ਸਤਿਕਾਰਯੋਗ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸਰਦਾਰ ਦਲਜੀਤ ਸਿੰਘ ਗਿੱਲ ਜੁਗ ਜੁਗ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੱਤਰ ਹਾਜ਼ਰੀ 'ਚ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭੈਣ ਜੀ ਸੁਖਜਿੰਦਰ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਸਮੂਸਾ ਸੰਗਤ ਗੱਲ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਾ ਤੇਰੀ ਲਿਖਿਆ ਤੇਹਾ ਹੁਕਮ ਕਮਾਏ, ਇਕੱਲੇ ਆਵੇਂ ਨਾਨਕਾ ਸਦੇ ਉੱਠੀ ਜਾਏ ਦੇ ਮਾਂ ਬਾਪ ਅਨੁਸਾਰ। ਜਿੰਨੀ ਸਵਾਸਾਂ ਦੀ ਪੂੰਜੀ ਭੈਣ ਜੀ ਉਹਨਾਂ ਨੂੰ ਸਤਿਗੁਰਾਂ ਨੇ ਬਖਸ਼ੀ ਸੀ, ਉਹ ਖੋਹ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਜਾਪ ਰਜਨ। ਸਤਿਗੁਰਾਂ ਨੇ ਜਿੱਥੇ ਸਾਨੂੰ ਜੀਵਨ ਦਿੱਤਾ ਉੱਥੇ ਸਾਨੂੰ ਜੀਵਨ ਜਾਂਚ ਵੀ ਦਿੱਤੀ, ਔਰ ਜਿਹੜਾ ਉਸ ਜੀਵਨ ਜਾਂਚ ਨੂੰ ਅਪਣਾ ਕੇ ਆਪਣਾ ਜੀਵਨ ਬਸਰ ਕਰਕੇ ਜਾਂਦਾ ਹੈ ਉਹਦੇ ਪ੍ਰਥਾਏ ਨੂੰ ਸਤਿਗੁਰ ਦੀ ਪ੍ਰਸੰਨਤਾ ਜਾ ਕਰਦੇ। ਔਰ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਇਨਸਾਨ ਡੀਸੀ ਬਣ ਜਾਂਦਾ ਹੈ, ਕੋਈ ਮਿਹਨਤ ਦੀ ਸਦਕਾ ਵੱਡਾ ਲੀਡਰ ਬਣ ਜਾਂਦਾ ਹੈ, ਕੋਈ ਮਿਹਨਤ ਦੀ ਸਦਕਾ ਬਹੁਤ ਵੱਡਾ ਵਪਾਰੀ ਬਣ ਜਾਂਦਾ ਹੈ, ਪਰ ਸਤਿਗੁਰ ਜੀ ਦਾ ਸਿਧਾਂਤ ਕੁਝ ਵੱਖਰਾ ਹੀ। ਸਤਿਗੁਰ ਜੀ ਨੂੰ ਮੰਨਣ ਵਾਲੇ ਇਨਸਾਨ ਜੋ ਸਤਿਗੁਰਾਂ ਦੇ ਆਛੇ ਅਨੁਸਾਰ ਜੀਵਨ ਬਸਰ ਕਰਕੇ ਜਾਂਦੇ ਹਨ ਉਹਨਾਂ ਦੇ ਪ੍ਰਦਾਇਕ ਸਤਿਗੁਰ ਜੀ ਪ੍ਰਸੰਨਤਾ। ਅੰਤ ਦੇ ਸਮੇਂ ਜਦੋਂ ਆਪਾਂ ਅਰਦਾਸ ਕਰਦੇ ਹਾਂ, ਅੰਤ ਦੇ ਸਮੇਂ ਜਦੋਂ ਬੇਨਤੀ ਕਰਦੇ ਹਾਂ, ਉਦੋਂ ਫਿਰ ਸਤਿਗੁਰੂ ਜੀ ਮੋਹਰ ਲਾਉਂਦੇ ਆ, ਉਹ ਸਤਿਗੁਰੂ ਜੀ ਡਿਗਰੀ ਪ੍ਰਦਾਨ ਕਰਦੇ। ਸਤਿਗੁਰੂ ਜੀ ਕਹਿੰਦੇ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਸੱਚੀ ਦਰਗੇ ਜਾਏ ਸੱਚਾ ਪਿੜ ਮੰਨਿਆ, ਫਿਰ ਹੋਰ ਪ੍ਰਸੰਨਤਾ ਜਾ ਕਰਦੇ। ਕਹਿੰਦੇ ਸਫਲ 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 ਪਈ ਯਾਤਰਾ, ਇਹ ਯਾਤਰਾ ਕਰਨ ਆਏ ਨਾ ਉੱਥੇ ਵੀ ਸਤਿਗੁਰੂ ਜੀ ਮੋਹਰ ਲਾਉਂਦੇ ਆ ਵੀ ਸਤਿਗੁਰਾਂ ਦੇ ਆਸ਼ੇ ਅਨੁਸਾਰ ਪ੍ਰਾਣੀ ਜੀ ਇਹ ਆਪਣਾ ਜੀਵਨ ਬਸਰ ਕਰਕੇ ਗਏ। ਔਰ ਇਹ ਪਰਿਵਾਰ ਮੇਰੀ ਕੋਈ ਸਿਫਤ ਦਾ ਮਹਤਾਜ ਨਹੀਂ, ਆਪ ਪ੍ਰਤਿਭਾ ਜਾਣਦੇ ਹੋ, ਮੇਰੇ ਤੋਂ ਵੱਧ ਜਾਣਦੇ ਹੋ, ਜਦੋਂ ਇਕੱਠ ਵੱਲ ਝਾਤੀ ਮਾਰੀਏ ਪਤਾ ਲੱਗਦਾ ਇਸ ਪਰਿਵਾਰ ਦੀ ਕਿੰਨੀ ਸਾਂਝ ਸਮਾਜ ਦੇ ਵਿੱਚ ਕਿੰਨਾ ਪਿਆਰ ਹੈ। ਔਰ ਉਹ ਪਿਆਰ ਉਹ ਸਾਂਝ ਦੀ
ਦੇਣ ਜਿਹੜੀ ਹੈ ਉਹ ਘਰ ਤੋਂ ਸ਼ੁਰੂ ਹੁੰਦੀ ਹੈ, ਉਹ ਮਾਵਾਂ ਤੋਂ ਸ਼ੁਰੂ ਹੁੰਦੀ ਹੈ, ਭੈਣਾਂ ਤੋਂ ਸ਼ੁਰੂ ਹੁੰਦੀ ਹੈ, ਧਰਮ ਪਤਨੀਆਂ ਤੋਂ ਸ਼ੁਰੂ ਹੁੰਦੀ ਹੈ। ਉਹ ਇਹ ਆਪਾਂ ਵੇਖਿਆ ਕਿ ਇਸ ਪਰਿਵਾਰ ਦੀ ਸਮਾਜ 'ਚ ਸਾਂਝ, ਭੈਣ ਜੀ ਹੋਣਾਂ ਨੇ ਬਹੁਤ ਦਿਆਨਤਦਾਰੀ ਨਾਲ ਆਪਣਾ ਜੀਵਨ ਬਸਰ ਕੀਤਾ। ਸਤਿਕਾਰਯੋਗ ਸਾਡੇ ਵੱਡੇ ਭਾਈ ਸਾਹਿਬ ਜੋ ਹੁਣੇ ਜ਼ਿਕਰ ਹੋਇਆ ਹਰਚਰਨ ਸਿੰਘ ਜੀ ਪੱਤੂ ਜੀ, ਉਹ ਬਹੁਤ ਸੰਘਰਸ਼ਮਈ ਇਨਸਾਨ ਸਨ ਔਰ ਦ੍ਰਿੜ ਇਰਾਦੇ ਵਾਲੇ ਇਨਸਾਨ ਸਨ। ਔਰ ਜਦੋਂ ਕੋਈ ਇਨਸਾਨ ਤਰੱਕੀ ਕਰਦਾ ਨਾ, ਸੰਘਰਸ਼ ਕਰਦਾ ਹੈ, ਜਾਂ ਉਹ ਕਿਰਤ ਦਾ ਹੋਵੇ ਜਾਂ ਉਹ ਕਿਸੇ ਹੋਰ ਮੁੱਦੇ ਦਾ ਹੋਵੇ, ਤਾਂ ਉਹਦੇ ਮਗਰ ਬਹੁਤ ਵੱਡਾ ਹੱਥ ਸਤਿਕਾਰਯੋਗ ਸਾਡੀਆਂ ਮਾਵਾਂ ਭੈਣਾਂ ਦਾ ਹੁੰਦਾ ਹੈ। ਉਹ ਸਤਿਕਾਰਯੋਗ ਸਾਡੇ ਵੱਡੇ ਭਾਈ ਸਾਹਿਬ ਨੂੰ ਉਹ ਆਸ਼ੀਰਵਾਦ ਸਾਡੇ ਭੈਣ ਜੀ ਹੋਣਾਂ ਤੋਂ ਮਿਲਦਾ ਰਿਹਾ। ਔਰ ਇਹ ਪਰਿਵਾਰ ਜਿਹਨੇ ਕਿਰਤ ਤੋਂ ਆਪਣਾ ਜੀਵਨ ਸ਼ੁਰੂ ਕੀਤਾ ਔਰ ਕਿਰਤ ਕਰਦਿਆਂ ਕਰਦਿਆਂ ਆਪ ਦੇਖ ਰਹੇ ਹੋ ਹੁਣੇ ਜਿਸ ਤਰ੍ਹਾਂ ਭਾਈ ਅਮਰੀਕ ਸਿੰਘ ਦੱਸ ਰਹੇ ਸੀ ਸਾਡੇ ਵੀਰਾਂ ਦੀ ਤਰੱਕੀ, ਇਸ ਪਰਿਵਾਰ ਦੀ ਤਰੱਕੀ, ਇਹ ਸਾਰੀ ਤਰੱਕੀ ਦੇ ਪਿੱਛੇ ਉਹ ਸਤਿਕਾਰਯੋਗ ਸਾਡੇ ਵੱਡੇ ਭੈਣ ਜੀ ਦਾ ਯੋਗਦਾਨ ਹੈ। ਉਹਨਾਂ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ, ਉੱਥੇ ਸਾਰੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਔਰ ਸੱਜਣ ਮਿੱਤਰਾਂ ਨੂੰ ਬਹੁਤ ਘਾਟਾ ਪਿਆ ਕਿ ਕਿਉਂਕਿ ਵੱਡਿਆਂ ਨਾਲ ਹੀ ਸਦਾ ਜਿਹੜੇ ਛੋਟੇ ਨੇ ਬੱਚੇ ਨੇ ਜਿੰਨੇ ਵੀ ਆ ਉਹ ਜ਼ਿਆਦਾ ਤਰੱਕੀ ਕਰਦੇ ਆ ਔਰ ਖੇਡਦੇ ਨੇ। ਔਰ ਜਦੋਂ ਕੋਈ ਇਨਸਾਨ ਬਾਹਰੋਂ ਕੋਈ ਕਿਸੇ ਗੱਲ ਤੋਂ ਉਹ ਮਜੂਸ ਹੋ ਕੇ ਆਉਂਦਾ ਨਾ, ਅਤੇ ਉਦੋਂ ਘਰ ਗੱਲ ਸਾਂਝੀ ਕਰਦਾ ਨਾ ਵੱਡਿਆਂ ਨਾਲ, ਉਦੋਂ ਵੱਡੇ ਠੰਡ ਪਾ ਜਾਂਦੇ। ਇਸ ਕਰਕੇ ਉਹਨਾਂ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਪਿਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਸਾਨੂੰ ਸਾਰਿਆਂ ਨੂੰ ਪਿੱਛੇ ਪਾਣਾ ਮੰਨਣ ਦਾ ਬਲ ਬਖਸ਼ਣ। ਦਾਸ ਆਪਣੇ ਦਿਲ ਦੀਆਂ ਗਹਿਰਾਈਆਂ 'ਚੋਂ ਸਤਿਕਾਰਯੋਗ ਆਪਣੇ ਭੈਣ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਕਿਮਾ ਮੰਗਦਾ ਹਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸਿੰਘ ਮਹਿੰਦੀਪੁਰ, ਰਘਬੀਰ ਸਿੰਘ ਸਾਬਕਾ ਸਰਪੰਚ ਹੁੰਦਲ, ਗੁਰਜਿੰਦਰ ਸਿੰਘ ਸਰਪੰਚ, ਸਰਪੰਚ ਹਰਜਿੰਦਰ ਸਿੰਘ ਜੀ ਰਾਜੋਕੇ, ਜਰਨੈਲ ਸਿੰਘ ਜੀ ਸਾਬਕਾ ਸਰਪੰਚ ਕਲਸ, ਬਗੀਚਾ ਸਿੰਘ ਜੀ ਸਾਬਕਾ ਸਰਪੰਚ ਦਰਾਜਕੇ, ਡਾਕਟਰ ਸੂਰਜ ਪ੍ਰਚਾਰਚ ਸਾਬਕਾ ਐਮ ਸੀ ਖੇਮਕਰਨ, ਇੰਸਪੈਕਟਰ ਹਰਜੀਤ ਸਿੰਘ ਜੀ ਕਲੰਜਰ, ਕਾਬਲ ਸਿੰਘ ਜੀ ਸਾਬਕਾ ਸਰਪੰਚ ਮਹਿੰਦੀਪੁਰ, ਇਹ ਸਾਰੇ ਇਸ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਏ ਨੇ। ਇੱਥੇ ਆਉਣ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਮੈਂ ਇੱਕ ਮਿੰਟ ਲਈ ਬੇਨਤੀ ਕਰਾਂਗਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਖੇਮਕਰਨ ਸਰਦਾਰ ਰਾਜ ਸਿੰਘ ਪੱਤੂ ਨੂੰ ਕਿ ਉਹ ਵੀ ਇੱਕ ਮਿੰਟ ਲਈ ਆਣ ਕੇ ਸਤਿਕਾਰਯੋਗ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸਰਦਾਰ ਰਾਜ ਸਿੰਘ ਜੀ ਪੱਤੂ, ਸਾਡੇ ਬੜੇ ਸਤਿਕਾਰਯੋਗ ਚਾਚੇ ਜੀ, ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ ਵਿੱਚ ਜੁੜ ਬੈਠੀ ਸਤਸੰਗ ਜੀ ਆਓ, ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘੱਲਿਆ ਵੇ ਨਾਨਕਾ ਸੱਜੇ ਉੱਠ ਜਾ ਦੇ ਮਹਾਂਵਾਕ ਅਨੁਸਾਰ, ਜਿੰਨੀ ਪੁਰਾਣੀ ਨੂੰ ਉਮਰ ਮਿਲਦੀ ਆ ਉਨੀ ਉਹ ਭੋਗ ਕੇ ਮਹਾਰਾਜ ਦੇ ਚਰਨਾਂ ਵਿੱਚ ਜਾ ਪਰਾਜਦਾ ਹੈ। ਇਹ ਸਾਡਾ ਆਪਣਾ ਹੀ ਪਰਿਵਾਰ ਹੈ। ਸਤਿਕਾਰਯੋਗ ਸਾਡੇ ਚਾਚਾ ਜੀ ਜਗਦਾ ਚਰਨ ਸਿੰਘ ਜੀ, ਉਹ ਅੱਜ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਅਕਾਲ ਪੁਰਖ ਨੂੰ
ਪਿਆਰੇ ਹੋ ਗਏ ਜਿਹਦੇ ਨਾਲ ਜਿਹੜੇ ਇਸ ਪਰਿਵਾਰ ਨੂੰ ਬੜੀਆਂ ਉੱਚੀਆਂ ਬੁਲੰਦੀਆਂ ਤੱਕ ਲਗਾਏ ਨੇ। ਇੱਕ ਠੋਸ ਇਨਸਾਨ ਇਰਾਦੇ ਦੇ ਇਨਸਾਨ ਸਨ, ਜਿੱਥੇ ਵੀ ਉਹ ਖਲੋਤੇ ਉਹਨਾਂ ਆਪਦੀ ਗੱਲ 'ਤੇ ਪਹਿਰਾ ਦਿੱਤਾ ਹੈ। ਸਾਡੇ ਨਾਲ ਉਹਨਾਂ ਦੇ ਸਿਆਸੀ ਰਸਤੇ ਜਿਹੜੇ ਉਹ ਅਲੱਗ ਸੀ, ਪਰ ਜਿੱਥੇ ਪਰਿਵਾਰ ਦੀ ਗੱਲ ਆਉਂਦੀ ਸੀ ਉੱਥੇ ਇੱਕ ਦੂਜੇ ਨਾਲ ਉਹ ਡਟ ਕੇ ਮੋਢੇ ਨਾਲ ਮੋਢਾ ਦੇ ਕੇ ਖਲੋਂਦੇ ਸੀ, ਭਾਵੇਂ ਆਪ ਨੂੰ ਕਿੰਨੀ ਵੀ ਕੁਰਬਾਨੀ ਦੇਣੀ ਪਵੇ, ਉੱਥੇ ਵੀ ਪਰਿਵਾਰ ਦੀ ਸਾਂਝ ਨੂੰ ਉਹ ਨਿਭਾਉਂਦੇ ਆਏ ਨੇ। ਸੋ ਮੈਂ ਆਪਣੇ ਵੀਰਾਂ ਨੂੰ ਇਹੋ ਹੀ ਬੇਨਤੀ ਕਰਾਂਗਾ ਜੋ ਮਹਾਰਾਜ ਨੇ ਆਪਣੇ 'ਤੇ ਔਖੀ ਘੜੀ ਦਿੱਤੀ ਆ, ਇਹਦੇ 'ਚ ਸਾਰੇ ਰਲ ਮਿਲ ਕੇ ਸਾਥ ਨਿਭਾਓ ਅਤੇ ਜਹਿਦਾਰ ਜੀ ਦੇ ਪਾਏ ਹੋਏ ਪ੍ਰੋਗਰਾਮ 'ਤੇ ਚੱਲੀਏ ਅਤੇ ਲੋਕਾਂ ਦੀ ਸੇਵਾ ਕਰੀਏ। ਮੈਂ ਇਹਨਾਂ ਹੀ ਸ਼ਬਦਾਂ ਨਾਲ ਆਪਣੇ ਸਤਿਕਾਰਯੋਗ ਚਾਚੀ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਬਦਾਂ ਦੇ ਫੁੱਲ ਭੇਟ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਘਰਿਆਲੇ ਵਾਲੇ ਉਹ ਵੀ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਨੇ। ਸਾਡੇ ਵਾਈਸ ਪ੍ਰਧਾਨ ਸਰਦਾਰ ਕਿੱਕਰ ਸਿੰਘ ਜੀ ਚੱਠੂ, ਉਹ ਵੀ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ, ਸਰਦਾਰ ਅਮਰਜੀਤ ਸਿੰਘ ਜੀ ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਜਵਲਡੋਆ ਸਾਹਿਬ ਦੇ ਨਾਲ ਆਏ, ਉਹ ਵੀ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਨੇ। ਸੋ ਮੈਂ ਬੇਨਤੀ ਕਰਾਂ, ਅਗਲੇ ਪ੍ਰਾਣੀ ਨੂੰ ਸਮਾਂ ਵਧਾਓ, ਬੜਾ ਹੋ ਚੁੱਕਾ ਹੈ। ਸੋ ਬੇਨਤੀ ਕਰਾਂਗਾ ਚਾਹੇਦਾਰ ਸਤਨਾਮ ਸਿੰਘ ਜੀ ਮਨਾਵਾਂ ਨੂੰ ਕਿ ਉਹ 2 ਮਿੰਟ ਲਈ ਆ ਕੇ ਸਤਿਕਾਰਯੋਗ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਮਿਲ ਬੈਠੇ ਹਾਂ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਫਤਿਹ ਅਰਜ ਕਰਦਾ ਹਾਂ। ਫਤਿਹ ਬੁਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜੇ ਪੁਰਾਣ ਜੀਓ। ਬਹੁਤ ਹੀ ਸਤਿਕਾਰਯੋਗ ਰਾਗੀ ਜੱਥਾ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਉਪਰੰਤ ਸਿੰਘ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਕਥਾ ਕਰਕੇ ਨਿਹਾਲ ਕੀਤਾ ਹੈ। ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਨੇ ਪੱਤੂ ਪਰਿਵਾਰ ਦੇ ਸੰਬੰਧ ਵਿੱਚ ਬਹੁਤ ਕੁਝ ਦੱਸਿਆ। ਪਰਮ ਸਤਿਕਾਰਯੋਗ ਖਾਲਸਾ ਜੀ ਕਬੀਰ ਫਰੀਦ ਸਾਹਿਬ ਗੁਰਬਾਣੀ ਅੰਦਰ ਬੜਾ ਸੁੰਦਰ ਲਿਖਦੇ ਨੇ, ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਾਣੀ ਉਹੇ, ਤੈ ਪਾਸੋਂ ਇਹ ਲੱਗ ਗਏ ਤੂੰ ਅਜੇ ਨਾ ਪਤੀਨੇ ਉਹੇ, ਮਰਨ ਲਿਖਾਏ ਮੰਡਲ ਮੈਂ ਆਏ। ਅਕਸਰ ਅਸਰ ਸਾਰਿਆਂ ਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ, ਲੇਕਿਨ ਪਰਮ ਸਤਿਕਾਰਯੋਗ ਖਾਲਸਾ ਜੀ ਬਹੁਤ ਹੀ ਸਤਿਕਾਰਯੋਗ ਜਥੇਦਾਰ ਹਰਚਰਨ ਸਿੰਘ ਜੀ ਫੱਤੂ ਸਾਹਿਬ ਤੇ ਇਹਨਾਂ ਦੀ ਧਰਮ ਸੁਪਤਨੀ ਬੀਬੀ ਸੁਖਜਿੰਦਰ ਕੌਰ, ਉਹਨਾਂ ਦਾ ਜ਼ਿਕਰ ਕੀਤਾ ਗਿਆ। ਮੈਂ ਵੀ ਬੈਠਾ ਵਿਚਾਰ ਕਰ ਰਿਹਾ ਸੀ ਕਿ ਮੇਰਾ ਵਾਹ ਅੱਜ ਤੋਂ 35-40 ਸਾਲ ਪਹਿਲਾਂ ਉਸ ਪਰਿਵਾਰ ਨਾਲ ਰਿਹਾ। 1978 ਤੋਂ ਲੈ ਕੇ ਦਰਬਾਰ ਸਾਹਿਬ ਦੇ ਫੌਜੀ ਹਮਲੇ ਸਮੇਤ 33 ਸਾਲ ਉਹ ਵੀ ਬੀਤ ਗਏ, ਔਰ ਜਦੋਂ ਵੀ ਕਿਤੇ ਪੁਲਿਸ ਨੇ ਪਰਮ ਸਤਿਕਾਰਯੋਗ ਖਾਲਸਾ ਜੀ ਫੜਨਾ
ਤੇ ਪੱਤੂ ਪਰਿਵਾਰ ਨੇ ਜਥੇਦਾਰ ਹਰਚਰਨ ਸਿੰਘ ਜੀ ਪੱਤੂ ਉਹਨਾਂ ਦੇ ਘਰੋਂ ਪ੍ਰਸ਼ਾਦਾ ਪਾਣੀ ਆਉਣਾ। ਔਰ ਮੈਂ ਇਹ ਗੱਲ ਸਮਝਦਾ ਕਿ ਜਿੱਥੇ ਗੁਰਪ੍ਰੀਤ ਹੋਰਾਂ ਦਾ ਨਾਂ ਲਿਆ ਗਿਆ, ਸਰਪੰਚ ਸਾਹਿਬ ਦਾ ਨਾਂ ਲਿਆ ਗਿਆ, ਸ਼ਮਸ਼ੇਰ ਵੀਰ ਦਾ ਨਾਂ ਲਿਆ ਗਿਆ, ਮੈਂ ਸਮਝਦਾ ਵੀ ਅੱਜ ਮੇਰੀ ਵੀ ਉਹ ਮਾਂ ਸੀ ਜਿਹਨੇ ਮੈਨੂੰ ਬੁਰਕੀਆਂ ਦੇ ਦੇ ਕੇ ਏਡਾ ਵੱਡਾ ਕੀਤਾ। ਭਾਵੇਂ ਸਾਡੀ ਸਾਂਝ ਬਾਅਦ ਵਿੱਚ ਰਿਸ਼ਤੇਦਾਰੀ 'ਚ ਤਬਦੀਲ ਹੋਈ, ਲੇਕਿਨ ਮੈਨੂੰ ਇਸ ਪਰਿਵਾਰ ਉੱਤੇ ਬਹੁਤ ਵੱਡਾ ਫਖਰ ਸੀ, ਬਹੁਤ ਵੱਡਾ ਮਾਣ ਸੀ। ਲੇਕਿਨ ਜਿਸ ਠਾਕਰ ਸਿਓ ਨਾ ਹੀ ਚਾਰਾ ਤਾਂ ਕੋ ਬੀਜੇ ਸਤ ਨਮਸਕਾਰਾ, ਨਮਸਕਾਰ ਹੀ ਕਰਨੀ ਬਣਦੀ ਹੈ। ਔਰ ਅੱਜ ਜਿਸ ਜਗ੍ਹਾ ਉੱਤੇ ਭਰੂ ਪਿਆ, ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਦੁਆਰਾ, ਜਿਸ ਦੀ ਸੇਵਾ ਕਾਰ ਸੇਵਾ ਵਾਲੇ ਸੰਤ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲੇ ਉਹ ਕਰਵਾ ਰਹੇ ਨੇ। ਉਹ ਮੈਂ ਕਾਫੀ ਦੇਰ ਬਾਅਦ ਇੱਥੇ ਆਇਆ, ਮੈਨੂੰ ਇਸ ਹਾਲ ਬਾਰੇ ਇੰਨਾ ਪਤਾ ਸੀ ਕਿ ਇਹਦੀ ਰੰਭਤਾ ਹੋਈ ਹੈ, ਲੇਕਿਨ ਬਾਬਾ ਜੀ ਤੁਸੀਂ ਵਧਾਈ ਦੇ ਪਾਤਰ ਹੋ, ਕਿਉਂਕਿ ਬਹੁਤ ਵਧੀਆ ਜਗ੍ਹਾ ਜਿਹੜੀ ਆ ਉਹ ਤੁਸੀਂ ਇੱਥੇ ਸੰਗਤਾਂ ਨੂੰ ਬਣਾ ਕੇ ਦਿੱਤੀ ਹੈ। ਜਦੋਂ ਇਸ ਤਰ੍ਹਾਂ ਦਾ ਸਮਾਗਮ ਹੁੰਦਾ ਹੈ ਅਤੇ ਉਦੋਂ ਇਸ ਤਰ੍ਹਾਂ ਦੀਆਂ ਜਗ੍ਹਾ ਜਿਹੜੀਆਂ ਵਰਤਣ ਨੂੰ ਮਿਲਦੀਆਂ। ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਆਪਣੀ ਉਹ ਸਤਿਕਾਰਯੋਗ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ, ਸਤਿਗੁਰੂ ਜੀ ਕਿਤੇ ਗਾਇਬ ਗਾਇਬ ਵੀ ਕੋਈ ਗਲਤੀ ਹੋ ਗਈ ਹੋਵੇ ਅਣਜਾਣ ਸਮਝ ਕੇ ਮੁਆਫ ਕਰਨਾ। ਜਿਸ ਤਰ੍ਹਾਂ ਸਰਦਾਰ ਰਾਜ ਸਿੰਘ ਪੱਤੂ ਨੇ ਦੱਸਿਆ, ਵਾਕਿਆ ਹੀ ਜਥੇਦਾਰ ਹਰਚਰਨ ਸਿੰਘ ਪੱਤੂ ਇੱਕ ਧੜੱਲੇਦਾਰ ਤੇ ਭਾਵੇਂ ਰੇਲ ਦੇ ਇੰਜਨ ਮੂਹਰੇ ਵੀ ਉਹਨੂੰ ਬਹਿਣਾ ਪਵੇ ਤਾਂ ਵੀ ਕਦੇ ਪਿੱਛੇ ਨਹੀਂ ਸੀ ਹਟਦਾ। ਲੇਕਿਨ ਪਰਮ ਸਤਿਕਾਰਯੋਗ ਖਾਲਸਾ ਜੀ ਬਹੁਤ ਰਿਜਕ ਬੜੀ ਔਲਾਦ ਉਹਦੀ ਨੇ, ਉਹਨਾਂ ਦੀ ਸੇਵਾ ਵੀ ਕੀਤੀ, ਲੇਕਿਨ ਉਹਦੇ ਸਾਰੇ ਬੰਨੇ ਬੜੇ ਸੌਖੇ ਸਨ। ਲੇਕਿਨ ਇੱਕ ਗੱਲ ਤੋਂ ਉਹਦੇ ਦਿਲ ਦਿਮਾਗ ਦੇ ਵਿੱਚ ਇਹ ਦੋਵੇਂ ਜੀ, ਦੋਵੇਂ ਧਰਮ, ਦੋਵੇਂ ਪਤੀ ਪਤਨੀ ਇਹ ਗੱਲ ਆਪਣੇ ਦਿਲ ਦੇ ਅੰਦਰ ਸਮੋ ਕੇ ਲੈ ਕੇ ਗਏ ਕਿ ਸਰਪੰਚ ਸਾਹਿਬ ਦਾ ਬੇਟਾ ਉਹਨਾਂ ਦੇ ਹੁੰਦਿਆਂ ਛੋਟਾ ਜਿਹਾ ਬੱਚਾ ਚੜ੍ਹਾਈ ਕਰ ਗਿਆ। ਲੇਕਿਨ ਇਸ ਖੁਸ਼ੀ ਨੂੰ ਤਰਸਦੇ ਤਰਸਦੇ ਆਖਿਰਕਾਰ ਉਹ ਆਪਣੇ ਸਵਾਸਾਂ ਦੀ ਪੂੰਜੀ ਲਭਾਉਂਦੇ ਹੋਏ ਚਲੇ ਗਏ। ਮੈਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ, ਸਤਿਗੁਰੂ ਜੀ ਕਿਰਪਾ ਕਰਿਓ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ, ਸਕੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਔਰ ਪਰਿਵਾਰ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਜਥੇਦਾਰ ਜੀ ਨੇ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨਾਲ ਸਾਂਝ ਬਣਾ ਕੇ ਰੱਖੀ, ਤੁਸੀਂ ਵੀ ਤਗੜੇ ਹੋ ਕੇ ਉਸ ਢੰਗ ਨਾਲ ਨਿਭਦੇ ਰਹੋ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁੱਤਰੋ ਧੀਓ, ਅੰਮ੍ਰਿਤਧਾਰੀ ਹੋ ਕੇ ਜੀਓ, ਫਤਿਹ ਅਰਜ ਕਰਦਾ ਹਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਲੈਂਡਰ ਮੋਟਰਸਾਈਕਲ ਦੀ ਚਾਬੀ ਡਿੱਗੀ ਆ, ਜੇ ਕਿਸੇ ਵੀਰ ਨੂੰ ਮਿਲੀ ਹੋਵੇ ਤੇ ਉਹ ਇੱਥੇ ਪਹੁੰਚਾਉਣ ਦੀ ਕਿਰਪਾਲਤਾ ਕਰਿਓ, ਮੋਟਰਸਾਈਕਲ ਦੀ ਚਾਬੀ ਡਿੱਗੀ ਆ। ਸੋ ਇਸ ਦੁੱਖ ਦੀ ਘੜੀ ਸਿੰਘ ਸਰਪੰਚ ਦੂਲ ਕੋਨਾ
ਸਲਵਿੰਦਰ ਸਿੰਘ ਖੱਟੀ, ਕੁਲਵਿੰਦਰ ਸਿੰਘ ਨੰਬਰਦਾਰ ਮਸਤਗੜ੍ਹ, ਰਾਜ ਸਿੰਘ ਗਿੱਲ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ, ਵਾਈਸ ਚੇਅਰਮੈਨ ਸਰਦਾਰ ਰਾਮ ਸਿੰਘ, ਸਰਪੰਚ ਰਭਾਲ ਸਿੰਘ ਮਾਸ਼ੀਕ, ਸਰਜੀਤ ਸਿੰਘ ਭੂਰਾ, ਸੀਨੀਅਰ ਮੀਤ ਪ੍ਰਧਾਨ ਬਾਰਡਰ ਕਿਸਾਨ ਯੂਨੀਅਨ, ਸਾਬਕਾ ਪ੍ਰਧਾਨ ਮੰਗਤ ਰਾਮ ਗੁਲਾਟੀ ਖੇਮਕਰਨ, ਪਵਨ ਕੁਮਾਰ ਬੇਦੀ ਜੀ, ਸਰਦਾਰ ਸਾਬਕਾ ਸਰਪੰਚ ਮੇਜਰ ਸਿੰਘ ਕਲਸ, ਐਮ ਸੀ ਵਰਿਆਮ ਸਿੰਘ ਜੀ ਚੱਠੂ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰੀਤਮ ਸਿੰਘ ਮਨਸੀਹਾ, ਸਾਬਕਾ ਸਰਪੰਚ ਗੁਰਮੁਖ ਸਿੰਘ ਮੰਦਰ, ਸਾਬਕਾ ਸਰਪੰਚ ਕਾਲਾ ਸਿੰਘ ਸਕੱਤਰਾ, ਇਹ ਵੀ ਇਸ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਏ ਨੇ। ਹੁਣ ਮੈਂ ਬੇਨਤੀ ਕਰਾਂਗਾ ਅਖੀਰ 'ਤੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਵਿਰਸਾ ਸਿੰਘ ਮਲਟੋਵਾ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਔਰ ਜ਼ਿਲ੍ਹਾ ਪ੍ਰਧਾਨ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਤਿਕਾਰਯੋਗ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ, ਨਾਲ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਵੀ ਕਰਨਗੇ। ਪ੍ਰੋਫੈਸਰ ਵਿਰਸਾ ਸਿੰਘ ਮਲਟੋਵਾ। ਸਤਿਗੁਰਾਂ ਦੀ ਪਵਿੱਤਰ ਅਤੇ ਪਾਵਨ ਹਜ਼ੂਰੀ ਅੰਦਰ, ਸਤਿਕਾਰਯੋਗ ਬੀਬੀ ਸੁਖਵਿੰਦਰ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਈ ਗੁਰੂ ਪ੍ਰਸਾਦ ਸਿੰਘ ਜੀ ਫਤਿਹਗੁਰਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੀ ਸਵਾਸਾਂ ਦੀ ਪੂੰਜੀ ਬਖਸ਼ੀ ਸੀ ਉਹਨੀ ਭੋਗ ਕੇ ਪਰਿਵਾਰ ਨੂੰ ਸਦਾ ਵਾਸਤੇ ਵਿਛੋੜਾ ਦੇ ਕੇ ਚਲੇ ਗਏ। ਬਹੁਤ ਵੱਡਾ ਦੁੱਖ ਹੈ ਪਰਿਵਾਰ ਵਾਸਤੇ, ਬਹੁਤ ਵੱਡੀ ਘਾਟ ਹੈ, ਪਰ ਸਤਿਗੁਰਾਂ ਦੀ ਰਜ਼ਾ ਹੈ, ਉਹਦਾ ਹੁਕਮ ਹੈ, ਉਹਨੂੰ ਸਵੀਕਾਰ ਕਰਨਾ ਸਿੱਖ ਦਾ ਫਰਜ਼ ਬਣਦਾ। ਸਮੁੱਚੀ ਦੁਨੀਆ ਜਿਹੜੀ ਹੈ ਇਹ ਰਿਸ਼ਤਿਆਂ ਦੀ ਸਾਂਝ ਵਿੱਚ ਬੱਝੀ, ਮੋਹ ਅਤੇ ਪਿਆਰ ਦੀ ਸਾਂਝ ਵਿੱਚ ਬੱਝੀ। ਦੁਨੀਆਂ ਦੇ ਉੱਤੇ ਬੜੇ ਰਿਸ਼ਤੇ ਨੇ, ਪਰ ਜੇ ਸਭ ਤੋਂ ਉੱਤਮ ਰਿਸ਼ਤੇ ਦੀ ਗੱਲ ਕਰਨੀ ਹੋਵੇ, ਸਤਿਗੁਰੂ ਆਪਣੇ ਚਰਨਾਂ 'ਚ ਨਿਵਾਸ ਕਰੋ, ਪਿੱਛੇ ਸਾਰੇ ਪਰਿਵਾਰ ਨੂੰ ਇਸ ਅਸਹਿ ਸਦਮੇ ਨੂੰ ਜਨਮ ਦੀ ਸਹਿਣ ਦੀ ਸਮਰੱਥਾ ਅਤੇ ਸ਼ਕਤੀ ਪ੍ਰਦਾਨ ਕਰਨ। ਸੋ ਇਹਨਾਂ ਸ਼ਬਦਾਂ ਨਾਲ ਵੀ ਦਿਲ ਦੀਆਂ ਗਹਿਰਾਈਆਂ 'ਚੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਕਿ ਮਾਤਾ ਜਾਚਕਾ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹੁੰਚਣਾ ਸੀ ਪਰ ਉਹਨਾਂ ਦੀ ਕੁਝ ਸਿਹਤ ਢਿੱਲੀ ਹੋਣ ਕਾਰਨ ਉਹ ਨਹੀਂ ਪਹੁੰਚ ਸਕੇ। ਉਹਨਾਂ ਵੱਲੋਂ ਸਰਦਾਰ ਸੁਖਦੇਵ ਸਿੰਘ ਜੀ ਭੂਰਾ ਉਹਨਾਂ ਪਹੁੰਚੇ ਨੇ, ਉਹਨਾਂ ਦੇ ਆਉਣ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਦੁੱਖ ਦੀ ਘੜੀ ਵਿੱਚ ਸਰਦਾਰ ਕਿੱਕਰ ਸਿੰਘ ਸਰਕਲ ਪ੍ਰਧਾਨ, ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਜੀ, ਸਾਬਕਾ ਸਰਪੰਚ ਸ਼ਦਰਪਾਲ ਸਿੰਘ ਜੀ ਬਹਾਦਰ ਨਗਰ, ਸਰਪੰਚ ਸੁਖਦੇਵ ਸਿੰਘ ਜੀ ਰਾਜੋਕੇ, ਜ਼ਿਲ੍ਹਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਬਲਜੀਤ ਸਿੰਘ ਖਹਿਰਾ, ਸਾਬਕਾ ਬਲਾਕ ਸੰਮਤੀ ਚੇਅਰਮੈਨ ਭਿੱਖੀਵਿੰਡ ਸੁਖਵੰਤ ਸਿੰਘ ਜੀ ਮੁਗਲਚੱਕ, ਸਰਪੰਚ ਬਲਵਿੰਦਰ ਸਿੰਘ ਜੀ ਮੀਰਕੇ, ਸਰਕਲ ਪ੍ਰਧਾਨ ਸਰਦਾਰ ਕਿੱਕਰ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਉਲਟੋਆ, ਸਾਬਕਾ ਚੇਅਰਮੈਨ ਪ੍ਰਤਾਪ ਸਿੰਘ ਉਲਟੋਆ, ਸਰਪੰਚ ਗੁਰਜਿੰਦਰ ਸਿੰਘ ਲਹਿਰਾਬੇਟ, ਸਾਬਕਾ ਸਰਪੰਚ ਬੋਹੜ ਸਿੰਘ, ਸਰਪੰਚ ਹਰਜਿੰਦਰ ਸਿੰਘ ਪਿੰਡ ਤਬਾ ਹਲਕਾ ਲੰਬੀ ਤੋਂ, ਇੰਚਾਰਜ 65 ਪਿੰਡਾਂ ਦੇ ਹਲਕਾ ਜਲਾਲਾਬਾਦ, ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲੇ, ਸਾਬਕਾ
ਐਮ ਸੀ ਰਮਨ ਕੁਮਾਰ ਧਵਨ, ਸਾਬਕਾ ਸਰਪੰਚ ਗੁਰਸੇਵਕ ਸਿੰਘ ਬੱਬੂ ਮਾਣੀ ਬੇਗਾ, ਸਰਦਾਰ ਬੇਅੰਤ ਸਿੰਘ ਜੀ ਮਸਤਗੜ੍ਹ ਸਾਬਕਾ ਸਰਪੰਚ, ਉਹ ਵੀ ਪਹੁੰਚੇ ਨੇ। ਪ੍ਰੈਸ ਵਾਲੇ ਮੇਰੇ ਵੀਰ ਰਕੇਸ਼ ਬਿੱਲਾ ਜੀ, ਗੁਰਮੇਲ ਸਿੰਘ ਕੰਡਾ, ਗੁਰਚਰਨ ਭੱਟੀ ਜੀ, ਲਵਲੀ ਜੀ, ਸੰਦੀਪ ਜੀ, ਹੋਰ ਜਿੰਨੇ ਵੀ ਪ੍ਰੈਸ ਵਾਲੇ ਮੇਰੇ ਵੀਰ ਪਹੁੰਚੇ ਨੇ, ਉਹਨਾਂ ਨੂੰ ਵੀ ਇਸ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵਿੱਚ ਉਹ ਸ਼ਰੀਕ ਹੋਏ ਨੇ, ਉਹਨਾਂ ਦਾ ਆਉਣ 'ਤੇ ਬਹੁਤ ਬਹੁਤ ਧੰਨਵਾਦ। ਹੁਣ ਇਹ ਸਮਾਗਮ ਦੀ ਸਮਾਪਤੀ ਹੈ। ਪਰਿਵਾਰ ਵੱਲੋਂ ਇਹ ਬੇਨਤੀ ਹੈ ਕਿ ਜਿੰਨੀਆਂ ਵੀ ਸੰਗਤਾਂ ਇਸ ਦੁੱਖ ਦੀ ਘੜੀ ਵਿੱਚ ਪਹੁੰਚੀਆਂ ਨੇ, ਸਾਰਿਆਂ ਨੇ ਹੀ ਜਲ ਪਾਣੀ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਜਾਣ ਦੀ ਕਿਰਪਾਲਤਾ ਕਰਨੀ ਆ। ਹੁਣ ਇਹ ਸਮਾਗਮ ਦੀ ਸਮਾਪਤੀ ਹੈ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਣਗੀਆਂ, ਉਪਰੰਤ ਸਾਰਿਆਂ ਨੇ ਹੀ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਇੱਥੋਂ ਜਾਣ ਦੀ ਕਿਰਪਾਲਤਾ ਕਰਨੀ ਹੋਵੇਗੀ। ਸੋ ਉਪਰੰਤ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਲ ਪਾਣੀ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਜਾਣ ਦੀ ਕਿਰਪਾਲਤਾ ਕਰਨ।